ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਸੁਖਕੰਧ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਵੋਂ ਜੋਰ ਕਰ ਬੰਦ ਜਿਸਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਵਾਹਿਗੁਰੂ ਸਾਹਿਬ ਜੀ ਦੋਹਰਾ ਸਾਖੀ ਤਾਰਾ ਸਿੰਘ ਕੀ ਸੁਣ ਸੋ ਬੁੱਧ ਨਿਧਾਨ ਬਾਏ ਡਲ ਮਦ ਸਿੰਘ ਭਇਓ ਬੁੱਟਰ ਗੋਤ ਪ੍ਰਧਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰ ਜੋ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ ਸਤਿਗੁਰਾਂ ਦੇ ਪਵਿੱਤਰ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਆਪ ਜੀ ਨੇ ਸਤਿਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦਾ ਪ੍ਰਸੰਗ ਢਾਡੀ ਸਿੰਘਾਂ ਦੀ ਰਸਨਾ ਤੋਂ ਸਰਵਣ ਕੀਤਾ ਹੈ। ਗੁਰੂ ਕੇ ਪੰਥ ਦਾ ਇਤਿਹਾਸ ਸ਼ਹੀਦਾਂ ਦੇ ਖੂਨ ਨਾਲ ਲਿਖਿਆ ਗਿਆ ਹੈ। ਮੁੱਢ ਤੋਂ ਹੀ ਸ਼ਹੀਦ ਸਿੰਘ ਧਰਮ ਵਾਸਤੇ ਆਪਣੀਆਂ ਜਾਨਾਂ ਵਾਰਦੇ ਰਹੇ, ਸੱਚ ਤੇ ਪਹਿਰਾ ਦਿੰਦੇ ਰਹੇ ਔਰ ਵੱਡੇ ਵੱਡੇ ਭਾਰੀ ਕਸ਼ਟ ਉਹਨਾਂ ਨੇ ਸਹਾਰੇ। ਬਾਬੇ ਬੰਦੇ ਬਹਾਦਰ ਨੇ ਵੀ ਦਿੱਲੀ ਦੇ ਵਿੱਚ ਆਪਣੇ ਸਾਥੀ ਸਿੰਘਾਂ ਸਮੇਤ ਸ਼ਹੀਦੀ ਪ੍ਰਾਪਤ ਕੀਤੀ। ਉਸ ਤੋਂ ਬਾਅਦ ਸਰਕਾਰ ਨੇ ਬੰਦਈਆਂ ਦਾ ਅਤੇ ਤੱਤ ਖਾਲਸੇ ਦਾ ਝਗੜਾ ਕਰਵਾ ਦਿੱਤਾ। ਸ਼੍ਰੀ ਅੰਮ੍ਰਿਤਸਰ ਦੀਪਮਾਲਾ ਦੇ ਮੇਲੇ 'ਤੇ ਦੋਵਾਂ ਸੰਪਰਦਾਵਾਂ ਦੀ ਤੱਤ ਖਾਲਸੇ ਦੀ ਅਤੇ ਬੰਦਈ ਖਾਲਸੇ ਦੀ ਲੜਾਈ ਕਰਵਾਈ। ਯਤਨ ਹੋਇਆ ਵੀ ਇਸ ਆਪਸ 'ਚ ਲੜ ਕੇ ਮਾਰੇ ਜਾਣ, ਪਰ ਸਤਿਕਾਰਯੋਗ ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਭਾਈ ਕਾਹਨ ਸਿੰਘ ਜੀ ਔਰ ਬਾਬਾ ਵਿਨੋਦ ਸਿੰਘ ਜੀ, ਜਥੇਦਾਰ ਬਾਬਾ ਦਰਬਾਰਾ ਸਿੰਘ ਜੀ, ਸਿਆਣੇ ਸਿਆਣੇ ਸਿੰਘਾਂ ਦੇ ਯਤਨਾਂ ਨਾਲ ਇਹ ਲੜਾਈ ਕਾਫੀ ਹੱਦ ਤੱਕ ਟਲ ਗਈ। ਕਿਉਂਕਿ ਬੰਦਈ ਖਾਲਸੇ ਵਾਲੇ ਜਿਹੜੇ ਸਨ ਉਹ ਕਹਿੰਦੇ ਸਨ ਵੀ ਅਸੀਂ ਲਾਲ ਕੱਪੜੇ ਪਹਿਨਣੇ, ਨੀਲੇ ਬਸਤਰ ਨਹੀਂ ਪਹਿਨਣੇ ਔਰ ਸ਼ਿਕਾਰ ਖੇਡ ਕੇ ਜੋ ਖਾਲਸਾ ਛਕਦਾ ਹੈ ਇਹ ਵੀ ਨਹੀਂ ਛਕਣ ਦੇਣਾ। ਅਤੇ ਇਸੇ ਤਰ੍ਹਾਂ ਹੀ ਬੰਦਈ ਖਾਲਸੇ ਵਾਲੇ ਕਹਿੰਦੇ ਵਾਹਿਗੁਰੂ ਜੀ ਕੀ ਫਤਿਹ ਦੀ ਥਾਂ 'ਤੇ ਫਤਿਹ ਦਰਸ਼ਨੀ ਬੁਲਾਉਣੀ ਹੈ। ਭਾਈ ਮਨੀ ਸਿੰਘ ਜੀ ਨੇ ਦੋਵਾਂ ਧਿਰਾਂ ਨੂੰ ਸਮਝਾਇਆ ਵੀ ਆਪਸ ਵਿੱਚ ਭਰਾਵਾਂ ਦੀ ਤਰ੍ਹਾਂ ਲਓ, ਲੜਾਈ ਨਾ ਕਰੋ। ਪਰ ਇਹ ਝਗੜਾ ਵੱਧ ਗਿਆ ਜਦੋਂ ਫਤਿਹ ਵਾਹਿਗੁਰੂ ਜੀ ਕੀ ਅਤੇ ਫਤਿਹ ਦਰਸ਼ਨੀ, ਬਦਈਆਂ ਦੀ ਫਤਿਹ ਦਰਸ਼ਨੀ ਅਤੇ ਸਿੰਘਾਂ ਦੀ ਵਾਹਿਗੁਰੂ ਜੀ ਕੀ ਤਤ ਖਾਲਸੇ ਦੀ, ਦੋਵੇਂ ਚਿੱਠੀਆਂ ਦੇ ਲਿਖ ਕੇ ਹਰ ਕੀ ਪੌੜੀ ਦੇ ਵਿੱਚ ਜਲ ਵਿੱਚ ਪਾਈਆਂ ਗਈਆਂ। ਭਾਈ ਮਨੀ ਸਿੰਘ ਨੇ ਕਿਹਾ ਵੀ ਜਿਹਦੀ ਚਿੱਠੀ ਤਾਰ ਆਈ ਉਹਦੇ ਹੱਕ ਵਿੱਚ ਗੁਰੂ ਦਾ ਫੈਸਲਾ ਹੋਵੇਗਾ। ਜਦੋਂ ਇਹ ਦੋਵੇਂ ਚਿੱਠੀਆਂ ਕਹਿੰਦੇ ਇੱਕ ਵਾਰੀ ਤਾਂ ਥੱਲੇ ਡੁੱਬ ਗਈਆਂ, ਦੋਵੇਂ ਪਾਸੇ ਦੇ ਮੁਖੀ ਮੁਖੀ ਸਿੰਘ ਖੜ੍ਹੇ ਸਨ, ਬੜੀ ਨਿਰਾਸ਼ਤਾ ਹੋਈ। ਪਰ ਕੁਝ ਮਿੰਟਾਂ ਬਾਅਦ, 10-15 ਮਿੰਟਾਂ ਬਾਅਦ ਫਤਿਹ ਦਰਸ਼ਨੀ ਉੱਪਰ ਤਰ ਕੇ ਆ ਗਈ। ਤਤ ਖਾਲਸੇ ਨੇ ਖੁਸ਼ੀਆਂ ਦੇ ਜੈਕਾਰੇ ਗਜਾ ਦਿੱਤੇ ਅਤੇ ਬੰਦਈ ਬੜੇ ਨਿਮੋ ਝੂਣੇ ਹੋ ਕੇ ਬਾਹਰ ਨੂੰ ਤੁਰ ਪਏ। ਔਰ ਫਿਰ ਬਹੁਤ ਸਮਾਂ ਇਹ ਥੋੜ੍ਹਾ ਥੋੜ੍ਹਾ ਜਿਹਾ ਆਪਸ ਵਿੱਚ ਝਗੜਾ ਰਿਹਾ। ਬੰਦਈ ਖਾਲਸੇ ਵਾਲੇ ਵੀ ਸਿੰਘਾਂ 'ਚ ਰਲਣ ਲੱਗ ਪਏ ਜਿਹੜੇ ਸਿਆਣੇ ਸਨ,
जेडे को अड़ियल सन जिवें खेम सिंह खेम करन वाला अमर सिंह ओ कहिंदे आ सिंघां नाल लड़ पिया श्री अकाल तख्त साहब ते ओ मारिया गया आपस विच ये तलवार खड़की ये सरकार दी चाल सी। सो खालसा जी बाद विच बंदई खालसे वाले सिंघां दे नाल अभेद ही हो गए, थोड़े वाले वक्खरे रह गए। हुण जिहड़े बंदई हन ਉਹ ਤਾਂ ਜ਼ਿਆਦਾਤਰ ਸਹਿਜਧਾਰੀ ਹੋ ਗਏ, ਕੇਸਾਧਾਰੀ ਵੀ ਨਹੀਂ ਰਹੇ, ਕੁਝ ਕੁ ਕੇਸਾਧਾਰੀ ਵੀ ਹਨ। ਔਰ ਬੰਦਈ ਖਾਲਸੇ ਵਿੱਚੋਂ ਬਾਬਾ ਸਰਦੂਲ ਸਿੰਘ ਜੀ ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਬਣੀ ਹੈ ਉਹਨਾਂ ਦਿਨਾਂ ਵਿੱਚ ਅੰਮ੍ਰਿਤ ਛਕ ਕੇ ਅੰਮ੍ਰਿਤ ਸੰਚਾਰ ਬਹੁਤ ਕੀਤਾ, ਉਹ ਵੀ ਖਾਲਸੇ ਵਿੱਚ ਭੇਦ ਹੋਏ ਸਮਾਂ ਪਾ ਕੇ। ਸੋ ਇਸ ਤਰ੍ਹਾਂ ਇਹ ਬੰਦਈ ਖਾਲਸੇ ਦੀ ਸਾਖਾ ਜਿਹੜੀ ਸੀ ਹੌਲੇ ਹੌਲੇ ਥੋੜ੍ਹੀ ਰਹਿ ਗਈ ਜਾਂ ਕਹਿ ਲਓ ਸਮਾਪਤ ਹੋ ਗਈ, ਤਤ ਖਾਲਸਾ ਰਹਿ ਗਿਆ। ਸਰਕਾਰ ਨੇ ਸੋਚਿਆ ਵੀ ਤਤ ਖਾਲਸੇ ਵਾਲੇ ਜਿਹੜੇ ਇਹਨਾਂ ਨੂੰ ਆਪਾਂ ਪਹਿਲਾਂ ਤਾਂ ਇਹਨਾਂ ਨੂੰ ਨਾਲ ਲਾ ਕੇ ਰੱਖਿਆ ਵੀ ਤੁਸੀਂ ਘਬਰਾਓ ਨਾ, ਅਸੀਂ ਤੁਹਾਨੂੰ ਕੁਝ ਨਹੀਂ ਕਹਾਂਗੇ, ਬੜੀਆਂ ਜਗੀਰਾਂ ਦੇ ਦਿੱਤੀਆਂ ਸਿੰਘਾਂ ਨੂੰ। ਅਤੇ ਭਾਈ ਸਾਹਿਬ ਭਾਈ ਮਨੀ ਸਿੰਘ ਵੀ ਹਰਿਮੰਦਰ ਸਾਹਿਬ ਬੈਠੇ ਰਹੇ, ਬਾਬਾ ਦੀਪ ਸਿੰਘ ਦਮਦਮੇ ਬੈਠੇ ਰਹੇ, ਕੁਝ ਨਹੀਂ ਕਿਹਾ। ਬਾਅਦ ਵਿੱਚ ਜਦੋਂ ਬੰਦਈ ਖਤਮ ਹੋ ਗਏ ਤਾਂ ਸਰਕਾਰ ਨੇ ਸਿੰਘਾਂ ਵੱਲ ਵੀ ਡੰਗ ਤੀਖਾ ਕਰ ਦਿੱਤਾ, ਸਿੰਘਾਂ ਨੂੰ ਵੀ ਦਿੱਕਤਾਂ ਆਉਣੀਆਂ ਸ਼ੁਰੂ ਹੋ ਗਈਆਂ। ਤਤ ਖਾਲਸਾ ਵੀ ਉਸੇ ਦਾਇਰੇ ਵਿੱਚ ਉਸੇ ਘੇਰੇ ਵਿੱਚ ਆ ਗਿਆ। ਸਭ ਤੋਂ ਪਹਿਲੀ ਲੜਾਈ ਤਤ ਖਾਲਸਿਆਂ ਦੀ ਜਿਹੜੀ ਸਰਕਾਰ ਨਾਲ ਸ਼ੁਰੂ ਹੋਈ ਉਹ ਡਲਵਾਂ ਪਿੰਡ ਤੋਂ, ਜਿਹੜਾ ਸਾਧ ਸੰਗਤ ਜੀ ਡਲ ਔਰ ਵਾਂ ਦੋ ਪਿੰਡ ਨੇ ਮਾਝੇ ਦੇ ਵਿੱਚ, ਭਿੱਖੀ ਪਿੰਡ ਦੇ ਇਲਾਕੇ ਵਿੱਚ ਜਾਈਏ ਨਾ ਉਧਰੇ ਤਰਨ ਤਾਰਨ ਸਾਹਿਬ ਤੋਂ ਗਾਂਹ ਜਾ ਕੇ ਪਿੰਡ ਪੈਂਦਾ ਡਲ ਵਾਂ, ਉੱਥੇ ਇਹ ਭਾਈ ਤਾਰਾ ਸਿੰਘ ਜੀ ਨਿਹੰਗ ਸਿੰਘ ਹੋਏ ਹੈ ਜਿਨ੍ਹਾਂ ਦੇ ਨਾਲ ਸਰਕਾਰ ਦੀ ਪਹਿਲੀ ਟੱਕਰ ਸ਼ੁਰੂ ਹੋਈ। ਉਹਦੀ ਕਥਾ ਸੁਣਾਉਣੀ ਜ਼ਰੂਰੀ ਹੈ ਕਿਉਂਕਿ ਇਸ ਤੋਂ ਪਹਿਲਾਂ 5 ਸਾਲ ਰੌਲਾ ਜਿਹਾ ਰਿਹਾ ਤਤ ਖਾਲਸੇ ਅਤੇ ਬੰਦਈ ਖਾਲਸੇ ਦਾ, ਅਤੇ ਸਰਕਾਰ ਨੇ ਬੰਦਈਆਂ ਨੂੰ ਖਤਮ ਕੀਤਾ, ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਵੀ ਬੰਦਈ ਖਤਮ ਹੋ ਜਾਣ। ਬੰਦਈ ਖਤਮ ਹੋ ਗਏ ਅਤੇ ਹੁਣ ਤਤ ਖਾਲਸੇ ਦੇ ਦੁਆਲੇ ਹੋ ਗਈ ਸਰਕਾਰ। ਬਹਾਨਾ ਜੋ ਵੀ ਬਣਦਾ ਕੁਦਰਤ ਬਣਾਉਂਦੀ ਹੈ ਅਤੇ ਕੁਦਰਤ ਦੇ ਵਿੱਚ ਕੁਦਰਤ ਦੇ ਨਿਯਮਾਂ ਨੂੰ ਕੋਈ ਬਦਲ ਨਹੀਂ ਸਕਦਾ। ਬੰਦੇ ਏਜੰਸੀਆਂ ਸਰਕਾਰਾਂ ਇਹ ਕੁਝ ਨਹੀਂ ਜੇ ਅਕਾਲ ਪੁਰਖ ਦਾ ਹੁਕਮ ਨਾ ਹੋਵੇ। ਆਖੋ ਸ੍ਰੀ ਵਾਹਿਗੁਰੂ, ਹੁਕਮ ਹੁੰਦਾ, ਹੁਕਮ ਦੇ ਨਾਲ ਉਹ ਬਹਾਨੇ ਬਣੀ ਜਾਂਦੇ ਆ, ਮਾਹੌਲ ਬਣੀ ਜਾਂਦਾ, ਉਹਦੇ ਵਿੱਚੋਂ ਕੁਛ ਗਿਣਿਆ ਮਿਥਿਆ ਨਹੀਂ ਹੁੰਦਾ ਵੀ ਇੱਦਾਂ ਹੀ ਕਰਾਂਗੇ ਤਾਂ ਇੱਦਾਂ ਹੋਵੇਗਾ। ਉਹ ਵਿਚਾਰਾਂ ਹੀ ਕੁਦਰਤ ਜਿਹੜੀ ਉਹਨਾਂ 'ਚ ਪਾ ਦਿੰਦੀ ਹੈ, ਬੰਦੇ ਦੀ ਸੋਚ ਹੀ ਬਣ ਜਾਂਦੀ ਹੈ ਅਤੇ ਸੋਚ ਦੇ ਵਿੱਚੋਂ ਫਿਰ ਗਾਂਹ ਦੀ ਗਾਂਹ ਗਾਂਹ ਦੀ ਗਾਂਹ ਇਤਿਹਾਸ ਬਣਦਾ ਜਾਂਦਾ। ਸੋ ਪਰਮੇਸ਼ੁਰ ਨੂੰ ਇਹ ਮਨਜ਼ੂਰ ਸੀ ਕਿ ਸਿੰਘਾਂ ਦੀ ਔਰ ਤਤ ਖਾਲਸੇ ਦੀ ਅਤੇ ਸਰਕਾਰ ਦੀ ਖੜਕੇਗੀ, ਤਾਂ ਹੀ ਖਾਲਸੇ ਦਾ ਰਾਜ ਬਣਨਾ ਸੀ। ਸਰਕਾਰ ਤਾਂ ਇਹ ਚਾਹੁੰਦੀ ਸੀ ਵੀ ਸਿੰਘਾਂ ਦੀ ਅਤੇ ਸਾਡੀ ਸੁਲਹ ਹੀ ਰਹੇ ਅਤੇ ਸਿੰਘ ਹੌਲੇ ਹੌਲੇ ਆਪੇ ਖਤਮ ਹੋ ਜਾਣਗੇ। ਪਰ ਖਾਲਸਾ ਗੁਰੂ ਕਲਗੀਧਰ ਨੇ ਜਿਹੜੇ ਮਿਸ਼ਨ ਲਈ ਸਾਜਿਆ ਸੀ ਉਹ ਮਿਸ਼ਨ ਵੀ ਤਾਂ ਪੂਰਾ ਹੋਣਾ ਸੀ। ਸੋ ਬਾਬਾ ਤਾਰਾ ਸਿੰਘ ਜੀ ਨਿਹੰਗ ਸਿੰਘ ਦੇ ਨਾਲ ਸਰਕਾਰ ਦੀ ਪਹਿਲੀ ਟੱਕਰ ਹੋਈ ਹੈ, ਉਹ ਕਥਾ ਹੁਣ ਸੁਣੋ ਪਿਆਰ ਨਾਲ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਾਖੀ ਤਾਰਾ ਸਿੰਘ ਕੀ ਸੁਣ ਸੋ ਬੁੱਧ ਨਿਧਾਨ। ਭਾਈ ਰਤਨ ਸਿੰਘ ਜੀ ਕਹਿੰਦੇ ਆ ਹੁਣ ਤੁਹਾਨੂੰ ਅਸੀਂ ਤਾਰਾ ਸਿੰਘ ਦੀ ਸਾਖੀ ਸੁਣਾਉਂਦੇ ਹਾਂ, ਸੁਣੋ ਖਾਲਸਾ ਜੀ। ਭਾਏ ਡਲ ਮੱਦ ਸਿੰਘ ਭਇਓ ਬੁੱਟਰ ਗੋਤ ਪ੍ਰਧਾਨ। ਇਹ ਪਿੰਡ ਹੈ ਡਲ ਔਰ ਵਾਂ ਦੋ ਨੇੜੇ ਨੇੜੇ ਹਨ, ਇਸ ਕਰਕੇ ਇਕੱਠਾ ਹੀ ਡਲ ਵਾਂ ਬੋਲ ਦਿੰਦੇ ਆ। ਵਾਂ ਪਿੰਡ ਦੇ ਵਿੱਚ ਬੁੱਟਰ ਗੋਤ ਦੇ ਬਹੁਤ ਸਾਰੇ ਜ਼ਿਮੀਦਾਰ ਜੱਟ ਰਹਿੰਦੇ ਆ। ਬੁੱਟਰਾਂ ਦੇ ਵਿੱਚ ਤਾਰਾ ਸਿੰਘ ਬੜਾ ਬਲੀ ਛੱਠੀ ਤਪੀ ਯੋਧਾ ਸਿੰਘ ਹੋਇਆ ਹੈ। ਛੱਪੇ ਛੰਦ ਹਠੀ ਹਠੀ ਤਪੀ ਜਤਵਾਨ ਰਹਿਤ ਵੈ ਰਹਿ ਸੋ ਚੰਗੀ। ਹਠੀ ਤਪੀ ਸੀਗਾ ਅੰਮ੍ਰਿਤ ਵੇਲੇ 2 ਵਜੇ ਉੱਠ ਕੇ ਇਸ਼ਨਾਨ ਕਰਨਾ, ਭਜਨ ਕਰਨਾ। ਜਪੀ ਤਪੀ ਸਿੰਘ ਸੀ ਬੜਾ, ਜਤੀ ਸਤੀ ਵੀ ਸੀਗਾ।
और रैत विच बड़ा परपक सिंह सीगा भाई तारा सिंह नील बस्तर तन सजा सजा तन शस्त्र जंगी जो निहंगा सिंघा दा स्वरूप है जो कलगीधर पातशाह ने केसगढ़ साहब खालसा साजिया सी उस वेले खालसा जी नीले बस्तर ही पवाए सीगे ये भाई गुरदास जी दीआं वारां जिहड़ीआं उहदे जिहड़ी लास्ट वार है 41वीं वार दूसरे भाई गुरदास जी दी उहदे च लिखिआ है के गुरु गोबिंद होए प्रगटिया दसवें अवतारा जिन अलख अपा निरंजना जप्यो करतारा निज पंथ चलायो खालसा तर तेज करारा सिर केस धार गै खड़ग को सब दुष्ट पछारा तद कुदे सिंह पुचंगिये नीलंबर तारा नीला बाणा सीगा उस वेले पंजां प्यारिआं नूं जो पवाया बाबा तारा सिंह जी भी हर वेले नीला बाणा पा के सीस दे उत्ते फरले वाला उच्चा दमाला सजा के चक्कर खंडे तोड़े सजा के बड़े रहत बहत च पक्के सिंह सन गुरबाणी हित रखे सिदक गुर चरणन धारे अठे पैर गुरबाणी नाल प्रेम करना अमृत वेले तो गुरबाणी पढ़नी शुरू करनी सारा दिन गुरबाणी पढ़ते रहना गुरबाणी सुनते रहना नाम जपते रहना सेवा सिदक गुरु के चरणा ते होर किसे ते भरोसा नहीं एक अकाल पुरख गुरु नानक साहब ते भरोसा रखदे सन मुख ते कड्डा जो बचन सती जिम सो प्रित पारी अपने मुंह तो जो बचन निकल जावे ओदे पिछे अपना सीस देण तक जांदे सन बचन नहीं सी हारदे सूर वीर बचन के बली मुंह तो जो बचन कढ दिता जिवे सती अपना सत पालदी है ना एदा भाई तारा सिंह जी निहंग सिंह अपना बचन पालदे सन दंग्यान मह प्रथम उसै धरिया नाम गिनाए कहिंदे दंग्यां दंगईयां विचों दंगईयां मैं जिहड़े लड़ाके दंगईयां दा मतलब इह नहीं वी राह जांदिआं दंगा कर लैणा एवें किसे दा सिर पाड़ देणा किसे दे लत्त बांह तोड़ देणी किसे दी दुकान साड़ देणी इह दंगे नहीं जिहड़े आपां दंगे समझदे आं इह दंगे नहीं खालसा करदा वी एवें किसे राह जांदे गरीब नूं मार दिओ किसे दी लत्त बांह तोड़ दिओ किसे नूं लुट लो इह नहीं धर्म वास्ते युद्ध करना उह दंगे दंगईयां मैं लड़ाके जुझारूआं विचों तारा सिंह दा पहला नंबर सीगा कहिंदे तारा सिंह ने सतगुरु कलगीधर पातशाह दा समां वेख्या होया सी आनंदपुर साहब जाके उहने दसवें पातशाह दे कोलों अमृत छकिया सी कहिंदे हां जी जाए बलाए जो घर पर लय अपने ठीक टिकाए कहते तारा सिंह इन्ना लड़ाकू सीगा भी दूजे दे घर बला जांदी उहनूं आवाज मार लैंदा सी मेरे घर भी फेरा पा जाई जरा लड़ाई दूजे दे घर जांदी होवे ना उहनूं कहिंदा सी जरा साडे घर भी चरण पा के जाई यानी लड़ाई मुल लैण वाला सिंह सीगा दोहरा सीस धरे हथ पुर फिर नह मरनो संकाई ओ अपनी जान तली दे धार के रखदा सी हर वेले मरनो नहीं सी संगदा बाबा तारा सिंह निहंग सिंह सिरों परे डेरा तिसै ऐसो रहै सुभाई सिरों परे डेरा सी जेड़े वेले मर्जी आ जाए मौत कल आउंदी अज आंदी हुण आ जाए तैयार पर तैयार कमर कसा लगा ही रहिंदा सी कमर कसे दा ही मतलब है भी तैयारी रखनी तुरन दी संसार तों हर वेले कातरे शस्त्र सजाई रखने दुश्मन आएगा लड़ांगे शहीद हो जांगे एदां दी बिरती सी तारा सिंह निहंग सिंह दी जब बंदो हुतो जीव तो उन लियो तुरक हराई ए जदों बाबा बंदा बहादुर आया सी उदों ए तारा सिंह गुरु कलगीधर पातशाह दा हुक्म मन के उहदी फौज विच शामिल होए सी सरहंद फतेह विच भी तारा सिंह ने बड़िया मारा मारियां सन खुशामद कर कर सिंघन की लेवै मुल्क बसाई ते तुरकां ने जदों बाबा बंदा सिंह नूं शहीद कर दिता दिल्ली दे विच फिर उन्हां ने सोचा भी जिहड़े तत् खालसे वाले ने इन्हां नूं ठंडे रखीए किसे तरह तत् खालसे वाले ना दंगा कर देण हुण किते ओ सिंघां नूं इह कह कह के भी खालसा जी राज तुहाडा सरकार तुहाडी मुल्क तुहाडा असीं ते तुहाडे नौकर आ सरकारी बंदे बड़े चलाक सीगे उहनां ने सिंघां दीआं खुशामदां करनियां शुरू कर दित्तियां तत् खालसे दे सिंघां नूं जगीरां देतियां सिंघो आ जगीरां लओ 10-20 किले इक इक सिंघ नूं दे छड्डे हलवाई जाओ खेती करी जाओ लंगर छकी जाओ किरपा करके दंगा फसाद ना करिआ जे इहदा हथ जोड़ जोड़ के ना तारा सिंह वर्गियां नूं
ਥਾਂ ਥਾਈ ਜਗੀਰਾਂ ਦੇ ਕੇ ਸਰਕਾਰ ਠੰਡਾ ਰੱਖਣਾ ਚਾਹੁੰਦੀ ਸੀ। ਲੋਟ ਪੋਟ ਸਿੰਘਣ ਰੱਖੇ ਤੱਦੀ ਲੱਖ ਟਲ ਜਾਹੀ। ਉਹ ਹਰ ਤਰ੍ਹਾਂ ਨਾਲ ਲੋਟ ਪੋਟ ਕਰਕੇ ਸਿੰਘਾਂ ਨੂੰ ਰੱਖਦੇ ਸੀ ਵੀ ਸਿੰਘ ਸਾਡੇ ਨਾਲ ਰਹਿਣ, ਤੱਦੀ ਨਾ ਕਰਨ, ਕਿਤੇ ਲੜਾਈ ਨਾ ਕਰਨ, ਕਿਉਂਕਿ ਇਹ ਖੰਡੇ ਦੀ ਧਾਰ ਚੋਂ ਪੈਦਾ ਹੋਏ ਨੇ, ਇਹਨਾਂ ਨੇ ਅਮਨ ਨਾਲ ਬਹਿਣਾ ਕੋਈ ਨਹੀਂ। ਜਿਵੇਂ ਕਿਵੇਂ ਹੋਵੇ ਸਿੰਘ ਟਲੇ ਰਹਿਣ, ਸਰਕਾਰ ਇਹ ਚਾਹੁੰਦੀ ਸੀ ਉਸ ਵੇਲੇ। ਬੰਦੋ ਮਾਰਿਓ ਜਬ ਉਹਨੇ ਬਿਨ ਖਤਿਓ ਸਿੰਘਨ ਖਪਾਹੇ। ਜਦੋਂ ਬੰਦਾ ਸਿੰਘ ਸ਼ਹੀਦ ਹੋ ਗਿਆ ਦਿੱਲੀ ਦੇ ਵਿੱਚ, ਤੇ ਉਸ ਵੇਲੇ ਬਹੁਤ ਸਾਰੇ ਸਿੰਘ ਵੀ ਨਾਲ ਸ਼ਹੀਦ ਕਰ ਦਿੱਤੇ। ਚਾਉ ਪਈ ਹੁਤੀ ਤਾਰੇ ਸਿੰਘ ਦਈ ਜਗੀਰ। ਉਹਨਾਂ ਦਿਨਾਂ ਵਿੱਚ ਤਤ ਖਾਲਸੇ ਨੂੰ ਠੰਡਾ ਕਰਕੇ ਰੱਖਣ ਵਾਸਤੇ ਜਗੀਰਾਂ ਦਿੱਤੀਆਂ ਸਨ। ਸਰਕਾਰ ਨੇ ਭਾਈ ਤਾਰਾ ਸਿੰਘ ਜੀ ਨਿਹੰਗ ਸਿੰਘ ਨੂੰ ਵੀ ਕਈ ਕਿੱਲੇ ਜ਼ਮੀਨ ਦਿੱਤੀ ਹੋਈ ਸੀ ਵੀ ਤੁਸੀਂ ਇੱਥੇ ਬੈਠੇ ਰਹੋ ਆਰਾਮ ਦੇ ਨਾਲ, ਅਸੀਂ ਤੁਹਾਨੂੰ ਚਾਹੁੰਦੇ ਹਾਂ ਵੀ ਤੁਸੀਂ ਭਜਨ ਬਾਣੀ ਪੜ੍ਹੋ, ਨਾਮ ਜਪੋ ਤੇ ਕਿਰਪਾ ਕਰਕੇ ਸਾਡੇ ਵੱਲ ਮਿਹਰ ਦੀ ਨਿਗਾਹ ਰੱਖਿਆ ਜੇ, ਕਿਤੇ ਸਾਡੇ ਵੱਲ ਨਾ ਹੋ ਜਾਇਆ ਜੇ। ਸਰਕਾਰ ਸਿੰਘਾਂ ਨੂੰ ਠੰਡਾ ਰੱਖਦੀ ਸੀ। ਬੁੰਗੋ ਚਿਨਿਓ ਥੋ ਤਿਹ ਸਿੰਘ ਬੀਰ। ਭਾਈ ਤਾਰਾ ਸਿੰਘ ਜੀ ਨਿਹੰਗ ਸਿੰਘ ਨੇ ਆਪਣੇ ਪਿੰਡ ਦੇ ਬਾਹਰ ਬਾਹਰ ਇੱਕ ਬੁੰਗਾ ਬਣਾ ਲਿਆ, ਉੱਚਾ ਸਾਰਾ ਬੁੰਗਾ ਬੁਰਜ ਜਿਵੇਂ ਹੁੰਦਾ ਨਾ, ਉਹ ਪੁਰਾਣੇ ਸਿੰਘ ਬੁਰਜ ਬਣਾ ਕੇ ਉੱਤੇ ਤੇ ਉਹਦੇ ਚ ਮੋਰਚੇ ਬਣਾ ਕੇ ਰੱਖ ਦਿੰਦੇ ਸੀ, ਜੇ ਗੋਲੀ ਚਲਾਣੀ ਪੈ ਜਾਏ ਤੇ ਉਹਦੇ ਵਿੱਚੋਂ ਚਲਾ ਸਕੀਏ, ਤੇ ਉਹ ਬੁੰਗੇ ਉੱਚੇ ਉੱਚੇ ਸਿੰਘਾਂ ਨੇ ਬਣਾਏ ਸਨ। ਤਾਰੇ ਸਿੰਘ ਨਹਿ ਸਮਾਂ ਨਿਹਾਰਿਓ। ਬਾਬੇ ਤਾਰਾ ਸਿੰਘ ਜੀ ਜਿਹੜੇ ਸੀਗੇ ਉਹ ਸੀਗੇ ਲੜਾਕੇ, ਯਾਨੀ ਕੜਕਦਾਰ ਪਹਿਰੇ ਬਿਰਤੀ ਵਾਲੇ। ਉਹ ਇਸ ਸਮੇਂ ਨੂੰ ਸਮਝਦੇ ਸੀ ਵੀ ਇਹ ਤਾਂ ਸਾਡਾ ਬੇਕਾਰ ਹੀ ਲੰਘ ਰਿਹਾ, ਲੜਾਈ ਤੇ ਗਾਲ ਆਉਂਦੀ ਨਹੀਂ ਪਈ ਕੋਈ, ਸਾਨੂੰ ਜੰਗ ਯੁੱਧ ਕਰਨਾ ਚਾਹੀਦਾ, ਸਾਨੂੰ ਸਾਜਿਆ ਹੀ ਖਾਲਸੇ ਨੂੰ। ਮਹਾਰਾਜ ਨੇ ਖਾਲਸਾ ਸੋਏ ਜੋ ਕਰਿਆ ਨਿੱਤ ਜੰਗ, ਖਾਲਸਾ ਸੋਏ ਜੋ ਚੜ੍ਹਿਆ ਤੁਰੰਗ, ਤੇ ਹੁਣ ਵਿਹਲੇ ਬੈਠੇ ਹਾਂ, ਕੰਮ ਕੋਈ ਨਹੀਂ। ਤੇ ਉਹ ਇਹੀ ਸੋਚਦੇ ਸੀ ਵੀ ਕੋਈ ਜੰਗ ਯੁੱਧ ਬਣੇ ਤੇ ਸ਼ਹੀਦੀ ਪਾ ਜਾਈਏ। ਵਹੀ ਰੱਖਿਓ ਉਹਨ ਸਿੱਡਾ ਧਾਰਿਓ। ਉਹਨੇ ਉਹੀ ਸਿਰੜ ਰੱਖਿਆ, ਜਿੱਦ ਉਹੀ ਰੱਖੀ ਵੀ ਅਸੀਂ ਨਹੀਂ ਕਿਸੇ ਦੀ, ਜਗੀਰਾਂ ਸਾਡੀਆਂ ਨੇ, ਮਾਏ ਇਹ ਕੌਣ ਨੇ ਦੇਣ ਵਾਲੇ। ਉਹ ਵਿਚਾਰੇ ਦੇ ਕੇ ਜਾਂਦੇ ਹੱਥ ਜੋੜ ਕੇ ਵੀ ਠੰਡੇ ਰਹੋ, ਇਹ ਕਹਿੰਦੇ ਤੇ ਸਾਡੀਆਂ ਨੇ, ਤੁਸੀਂ ਕੀ ਹੁੰਦੇ ਦੇਣ ਵਾਲੇ। ਏਦਾਂ ਇਹ ਸਰਕਾਰ ਨੂੰ ਵੀ ਅੱਖਾਂ ਕੱਢਿਆ ਕਰਦਾ ਸੀ ਤਾਰਾ ਸਿੰਘ। ਪਹਿਲੀ ਬਾਣੋ ਟਲੈ ਸੋ ਨਾਹੇ। ਉਹ ਜਿਹੜੀ ਉਹਦੀ ਪਹਿਲੀ ਆਦਤ ਸੀ ਲੜਨ ਭਿੜਨ ਦੀ, ਜੰਗ ਯੁੱਧ ਕਰਨ ਦੀ, ਉਹ ਤੂੰ ਟਲਦਾ ਨਹੀਂ ਸੀ ਤਾਰਾ ਸਿੰਘ। ਦੰਗੋ ਫੰਗੋ ਰੱਖੈ ਮਚਾਏ। ਦੰਗਾ ਫੰਗਾ ਤੇ ਹਰ ਵੇਲੇ ਮਚਾ ਕੇ ਰੱਖਦਾ ਸੀ, ਥਾਂ ਥਾਂ ਤੇ ਉਹਦੇ ਦਬਕਾ ਸੀ ਉਹਦਾ ਪੂਰਾ। ਰਾਹ ਜਾਂਦੀ ਲੈ ਕਾਏ ਸਮੋਲ। ਲੜਾਈ ਦੂਜੇ ਦੇ ਘਰ ਜਾਂਦੀ, ਆਪਣੇ ਘਰ ਮੰਗਾ ਲੈਂਦਾ ਸੀ, ਕਹਿੰਦਾ ਸੀ ਮੇਰੇ ਘਰ ਜਰਾ ਚਰਨ ਪਾ ਕੇ ਜਾਈ, ਯਾਨੀ ਲੜਾਈ ਮੁੱਲ ਲੈਂਦਾ ਸੀਗਾ। ਦਸ ਪੰਜ ਦੰਗਈਆਂ ਰੱਖੈ ਸੋ ਕੋਲ। ਦਸ ਪੰਜ ਸਿੰਘ ਲੜਾਕੇ ਵੀ ਉਹਦੇ ਕੋਲ ਹਰ ਵੇਲੇ ਰਹਿੰਦੇ ਸੀ, ਖਾੜਕੂ ਸਿੰਘ। ਜਿੱਤ ਜਿੱਤ ਤੇ ਕੋ ਲਿਆਵੈ ਉਲਾਂਭੀ। ਜੇ ਕੋਈ ਸਿੰਘ ਉਲਾਂਭਾ ਲੈ ਕੇ ਆਉਂਦਾ ਸੀ ਨਾ, ਤੇ ਉਹ ਖੁਸ਼ ਹੁੰਦਾ ਸੀ, ਕਹਿੰਦਾ ਚੰਗਾ ਕੋਈ ਨੀ, ਤਿਆਰ ਬਰ ਤਿਆਰ ਫੌਜ ਰਹਿੰਦੀ ਹੈ, ਤੇ ਉਲਾਂਭੇ ਤੋਂ ਡਰਦਾ ਨਹੀਂ ਸੀਗਾ। ਬਹੁਤ ਹਿੱਤ ਕਰ ਤਿਸ ਵਹਿ ਸਾਂਭੀ। ਜੇ ਕੋਈ ਸਿੰਘ ਦੰਗਾ ਫਸਾਦ ਕਰਕੇ ਆਉਂਦਾ ਸੀ ਤੇ ਤਾਰਾ ਸਿੰਘ ਨੂੰ ਪਿਆਰ ਨਾਲ ਸਾਂਭਦਾ ਸੀ, ਆ ਜਾ ਭਾਈ ਲੰਗਰ ਪਾਣੀ ਛਕ, ਆਰਾਮ ਨਾ ਬਹਿ, ਕੋਈ ਗੱਲ ਨੀ, ਫਿਕਰ ਨਾ ਕਰ। ਤੇ ਕਈ ਆਉਂਦੇ ਸੀ ਵੀ ਤੁਹਾਡੇ ਸਿੰਘਾਂ ਨੇ ਆਹ ਕਰਤਾ, ਤੁਹਾਡੇ ਸਿੰਘਾਂ ਨੇ ਉਹ ਕਰਤਾ, ਉਹ ਕਹਿੰਦਾ ਸੀ ਸਾਡਾ ਕੰਮ ਹੀ ਇਹ ਕਰਨਾ। ਏਦਾਂ ਦਾ ਸੂਰਮਾ ਸੀਗਾ। ਸੋ ਮਰਨੇ ਤੇ ਡਰੈ ਨਾ ਮੂਲ। ਮੌਤ ਤੋਂ ਤੇ ਡਰਦਾ ਹੀ ਨਹੀਂ ਸੀ, ਮੌਤ ਤੇ ਉਹ ਤੋਂ ਕੰਬਦੀ ਸੀਗੀ, ਇਹੋ ਜਿਹਾ ਸੀ ਸਿੰਘ। ਇਮ ਕਰ ਦੰਗੋ ਰੱਖੈ ਜ਼ਰੂਰ। ਤਾਰਾ ਸਿੰਘ ਨਿਹੰਗ ਸਿੰਘ ਬਾਹਲਾ ਹੀ ਸੂਰਮਾ ਲੜਾਕਾ ਤੇ ਬਿਰਤੀ ਉਹਦੀ ਇਹੋ ਜਿਹੀ, ਹਰ ਵੇਲੇ ਮੌਤ ਨੂੰ ਬਸ ਮਖੌਲਾਂ ਕਰਦਾ ਸੀ। ਔਰ ਤਰਫ ਜੋ ਕਾਇਸ ਜਾਵੇ। ਕਿਸੇ ਘਰ ਹੋਰ ਲੜਾਈ ਜਾਂਦੀ ਹੋਵੇ, ਕੋਈ ਬਲਾ ਕਿੱਧਰ ਤੁਰੀ ਜਾਂਦੀ ਹੋਵੇ, ਸੱਦ ਪਾਸ ਦੋਏ ਪਹਿਰ ਕਟਾਵੇ। ਉਹਨੂੰ ਕਹਿੰਦਾ ਸੀ ਦੁਪਹਿਰ ਮੇਰੇ ਘਰ ਰਹਿ ਜਾ ਅੱਜ, ਯਾਨੀ ਲੜਾਈ ਨੂੰ ਮੁੱਲ ਲੈਂਦਾ ਸੀ। ਐਸੀ ਪਰੀ ਤਾਰੇ ਸਿੰਘ ਬਾਣ। ਇਹ ਤਾਰਾ ਸਿੰਘ ਦੀ ਇਹੋ ਜਿਹੀ ਆਦਤ ਸੀ, ਇਹੋ ਜਿਹਾ ਸੁਭਾਅ ਸੀਗਾ, ਬਾਣੀ ਬਹੁਤ ਪੜ੍ਹਦਾ ਸੀ ਤੇ ਰੱਬ ਦੇ ਨਾਲ ਸਿੱਧੀਆਂ ਗੱਲਾਂ ਸੀ ਉਹਦੀਆਂ, ਦੁਨੀਆਂ ਨੂੰ ਕੁਝ ਨਹੀਂ ਸੀ ਸਮਝਦਾ। ਉਹ ਨਹਿ ਮੰਨੈ ਵੈ ਤੁਰਕਣ ਆਣ। ਤੁਰਕਾਂ ਦੀ ਆਣ ਨਹੀਂ ਸੀ ਮੰਨਦਾ, ਕਹਿੰਦਾ ਇਹ ਕੌਣ ਹੁੰਦੇ ਰਾਜ ਕਰਨ ਵਾਲੇ, ਰਾਜ ਤਾਂ ਕਲਗੀਆਂ ਵਾਲੇ ਦਾ ਹੈ। ਦੋਹਰਾ ਕਹੈ ਦੰਗਿਓ ਹਮ ਕਿਮ ਟਰੈ ਦੰਗੋ ਹਮਾਰੀ ਜਾਤ। ਜੇ ਕੋਈ ਕਹਿੰਦਾ ਸੀ ਬਾਬਾ ਜੀ ਦੰਗਾ ਨਾ ਕਰਿਆ ਕਰੋ, ਤੇ ਅੱਗੋ ਕਹਿੰਦਾ ਸੀ ਦੰਗਿਓ ਹਮ ਕਿਮ ਟਰੈ, ਦੰਗੇ ਤੋਂ ਅਸੀਂ ਕਿਵੇਂ ਟਲੀਏ, ਸਾਡੀ ਤਾਂ ਜਾਤ ਗੋਤ ਹੀ ਦੰਗਾ ਹੈ। ਦੰਗੇ ਖਾਤਰ ਹਮ ਕੀਏ ਸ੍ਰੀ ਸਤਿਗੁਰ
जी आप सानू ते खालसा साजा ही दंगे वास्ते सतगुरु दसवें पातशाह ने चुप करके बहना दा सानू सिखाया ही कोई नहीं। जाओ पई दंगा ही ते पयोग पातशाही और जद करके ही ते पातशाही मिलनी है राज असी लेना दिल्ली दा भी ते लाहौर दा भी दंगा करके लवांगे। दंगा ही ते होग सी सलाई और दंगा करांगे ता ही शहीदी पावांगे जे चुप करके बैठे शहीदी कित्थों मिलनी है। बिन दंगा को पुछा ना बात ते दंगे तो बिना पुछदा भी कोई नहीं एवें बैठे रहांगे बाणियां दी तरह हाथे हाथ धर के किसे ने आखना थोड़ा भी कौन हुंदे हो दंगा करांगे ता ही सरकार भी पुछेगी। हम दंगो मचावे यौ लख घात साडा दे काम है दंगा मचाना असी ते मचाना ही मचाना भई। दोहरा हुतो नशहरो पुर बड्डो मद पन्नू जट बसाहे तो हुण सुनो भई बंदे बहादुर तो बाद खालसे दी लड़ाइयां किवें शुरू होईयां सरकार दे नाल। इस तो पहला 5 साल कह लो अमन दे ही लंघे सीगे बहुता कोई वड्डा जंग युद्ध नहीं होया सिंह आराम नाल बैठे सी घरां पिंडां च ते जिथे जिहड़ी हरीके पत्तण तों सड़क जांदी है ना अमृतसर नूं हरीके पत्तण वल्लों मालवे वल्लों आउंदी है फिरोजपुर वल्लों फरीदकोट वल्लों आना होवे अमृतसर ते ओह हरीका पत्तण आउंदा दरिया उदों तों टप के जदों माझे च वड़ जाओ ते उस रोड दे उत्ते इक पिंड नशहरा है। हां जी साहेब राय बड चौधरी हुतो उसै के माहे उत्थे पन्नू गोत दे जट रहिंदे साहेब राय पन्नू उथे रहिंदा सी साध संगत जी। चाओ पई दोए घोड़ी उस घर थी चंगी ओ साहेब राय चौधरी पसुने नशहरे दा चौधरी सीगा ओहदे कोल बड़िया वधिया दो चंगिया घोड़िया सन पर खेती चरावत नह संगी पर ओ की करदा सी अंकारिया सी साहेब राय ओनू सरकारी चौधरी होण दा माण सीगा ते ओ गरीब सिखां दे खेतां च घोड़ियां वाड़ दिंदा सी। तह पी दोए सिंह खेती करावत दो सिंह नशहरे च रहिंदे सी गरीब ते दो चार किले उहनां दी जमीन सीगी उहनां दी थोड़ी जी खेती सीगी सो घोड़ी चौधरी चार जावत ते चौधरी अपनियां घोड़ियां सिखां दे खेतां च वाड़ दिंदा सी ते ओ दोवां सिखां दे खेत ओहदियां घोड़ियां खा जांदियां सन। तो सिंह साहिब राय पह गए ते सिंघां ने जिहड़े पिंड दे सीगे उन्हां ने जाके चौधरी साहिब राय नूं हथ जोड़ के बेनती कीती बन्नो घोड़ी तो हम खेत रहे कहण लगे चौधरी साहब ਤੁਸੀਂ ਪਿੰਡ ਦੇ ਮਾਲਕ ਹੋ ਤੇ ਅਸੀਂ ਤੁਹਾਡੀ ਰਈਅਤ ਤੁਹਾਡੇ ਪਿੰਡ ਚ ਰਹਿੰਦੇ ਹਾਂ ਤੇ ਜਿਹੜਾ ਚੌਧਰੀ ਹੁੰਦਾ ਨਾ ਉਹ ਪਿੰਡ ਦਾ ਮਾਂ ਬਾਪ ਹੁੰਦਾ ਹੈ ਤੇ ਉਹ ਆਪਣੇ ਪਿੰਡ ਦੇ ਜੀਆਂ ਨੂੰ ਆਪਣੇ ਬੱਚੇ ਸਮਝ ਕੇ ਪਾਲੇ ਤਾਂ ਹੀ ਗੱਲ ਹੁੰਦੀ ਹੈ ਅਸੀਂ ਤੁਹਾਡੇ ਸਮਝੋ ਬੱਚਿਆਂ ਵਰਗੇ ਹਾਂ ਤੁਹਾਡੇ ਪਿੰਡ ਚ ਰਹਿੰਦੇ ਹਾਂ ਤੁਸੀਂ ਸਾਡੇ ਮਾਈ ਬਾਪਾਂ ਵਰਗੇ ਹੋ ਮਾਲਕ ਹੋ ਪਰ ਚੌਧਰੀ ਸਾਹਿਬ ਤੁਹਾਡੀਆਂ ਘੋੜੀਆਂ ਸਾਡੇ ਖੇਤ ਖਾ ਜਾਂਦੀਆਂ ਦੋ ਦੋ ਚਾਰ ਚਾਰ ਸਾਡੇ ਖੇਤ ਨੇ ਉਹਨਾਂ ਵਿੱਚੋਂ ਮਸੀ ਖਾਣ ਜੋਗੇ ਦਾਣੇ ਬੱਚਿਆਂ ਦੇ ਸਾਲ ਦੇ ਹੋਣੇ ਹੁੰਦੇ ਆ ਉਹ ਤੁਹਾਡੀਆਂ ਘੋੜੀਆਂ ਖਾ ਜਾਂਦੀਆਂ ਸਾਡੇ ਬੱਚੇ ਕੀ ਖਾਣਗੇ ਅਸੀਂ ਕਿਵੇਂ ਗੁਜ਼ਾਰਾ ਕਰਾਂਗੇ ਜੇ ਤੁਸੀਂ ਆਪਣੀਆਂ ਕਿਰਪਾ ਕਰਕੇ ਘੋੜੀਆਂ ਬੰਨ ਲਓ ਨਾ ਤੇ ਸਾਡਾ ਗੁਜ਼ਾਰਾ ਚੱਲੇਗਾ ਤੁਹਾਡੇ ਪਿੰਡ ਵਿੱਚ। ਹਾਂਜੀ ਤਾਂ ਚੌਧਰੀ ਕਹੀ ਸਿੰਘਣ ਉਚਾਰ ਚੌਧਰੀ ਬੜਾ ਹੰਕਾਰਿਆ ਹੋਇਆ ਸੀ ਸਾਹਿਬ ਰਾਏ ਸਿੰਘਾਂ ਦਾ ਬੜਾ ਵੈਰੀ ਸੀ ਖਾਲਸੇ ਨੂੰ ਮਾੜਾ ਸਮਝਦਾ ਸੀ ਤੇ ਪੰਨੂ ਗੋਤ ਦਾ ਸੀ ਉਹ ਉਸ ਸਾਹਿਬ ਰਾਏ ਪੰਨੂ ਨੇ ਖਾਲਸੇ ਨੂੰ ਇੰਜ ਆਖਿਆ ਤੁਮ ਘੋੜੀ ਰਖਾਵੋ ਹਮ ਮੁੰਨਾ ਚਾਹੇ ਤੁਮ ਵਾਰ ਤੁਸੀਂ ਘੋੜੀਆਂ ਬਣਾਉਣੀਆਂ ਚਾਹੁੰਦੇ ਹੋ ਤੁਹਾਡੀ ਮੈਂ ਆਪਣੀਆਂ ਘੋੜੀਆਂ ਤਾਂ ਬੰਨਾਂਗਾ ਤੁਹਾਡੇ ਲੰਮੇ ਲੰਮੇ ਕੇਸ ਮੁੰਨ ਕੇ ਉਹਨਾਂ ਦੇ ਰੱਸੇ ਬਣਾਵਾਂਗਾ ਤੇ ਤੁਹਾਡੇ ਕੇਸਾਂ ਦੇ ਰੱਸਿਆਂ ਨਾਲ ਮੈਂ ਘੋੜੀਆਂ ਬੰਨਾਂਗਾ ਤੁਸੀਂ ਘੋੜੀਆਂ ਬਣਾਉਣੀਆਂ ਗੱਲਾਂ ਕਰਦੇ ਹੋ ਮੈਂ ਤੁਹਾਡੇ ਵਾਲ ਮੁੰਨਣ ਨੂੰ ਫਿਰਦਾ ਮੈਂ ਤੁਹਾਡੇ ਕੇਸ ਮੁੰਨ ਕੇ ਦਾੜੀਆਂ ਮੁੰਨ ਕੇ ਤੇ ਉਹਨਾਂ ਦੇ ਰੱਸੇ ਵੱਟਾਂਗਾ ਤੇ ਫਿਰ ਮੇਰੀਆਂ ਘੋੜੀਆਂ ਵੱਜਣਗੀਆਂ ਸੁਣ ਸਿੰਘਣ ਤਨ ਮਨ ਲੱਗੀ ਆਗ ਇਹ ਸੁਣ ਕੇ ਖਾਲਸੇ ਨੂੰ ਉਹਨਾਂ ਦੋਵਾਂ ਸਿੰਘਾਂ ਨੂੰ ਉਹਨਾਂ ਪਰਿਵਾਰਾਂ ਨੂੰ ਬੜੀ ਅੱਗ ਲੱਗੀ ਦੁੱਖ ਲੱਗਿਆ ਵੱਡਾ ਭਾਰੀ ਕਿਉਂਕਿ ਕੇਸ ਤਾਂ ਗੁਰੂ ਦੀ ਮੋਹਰ ਨੇ ਜੇ ਕੋਈ ਕੇਸਾਂ ਦੇ ਬੇਅਦਬੀ ਦੀ ਗੱਲ ਕਰਦਾ ਖਾਲਸਾ ਨਹੀਂ ਜਰ ਸਕਦਾ ਉਹਨਾਂ ਸਿੰਘਾਂ ਨੂੰ ਅੱਗ ਲੱਗ ਗਈ ਇਹ ਗੱਲ ਸੁਣ ਕੇ ਕਹਾਂ ਕਹਾਂ ਕਰੈ ਕਿਸ ਕਾਬੂ ਨਾ ਲਾਗ ਕਹਿਣ ਲੱਗੇ ਕੀ ਕਰੀਏ ਕੋਈ ਚਾਰਾ ਹੀ ਨਹੀਂ ਬੜਾ ਹਾਕੜਿਆ ਹੋਇਆ ਬੜਾ ਹੰਕਾਰਿਆ ਹੋਇਆ ਚੌਧਰੀ ਇਹਨੂੰ ਸ਼ਰਮ ਨਹੀਂ ਅਸੀਂ ਇਹਦੇ ਪਿੰਡ ਦੇ ਰਹਿਣ ਵਾਲੇ ਭਰਾ ਹਾਂ ਜਾਤ ਭਾਈ ਹਾਂ ਇਹਦੇ ਪਿੰਡ ਦੇ ਹਾਂ ਤੇ ਸਾਨੂੰ ਏਡੀ ਮਾੜੀ ਗੱਲ ਇਹਨੇ ਕਹਿ ਦਿੱਤੀ ਤੁਹਾਡੇ ਕੇਸ ਮੁੰਨਾਂਗਾ
ਇਹ ਬੜਾ ਆਕੜਿਆ ਹੰਕਾਰਿਆ ਹੋਇਆ ਚੌਧਰੀ, ਬਹੁ ਟੱਬਰਦਾਰੀ ਹੈ ਪਿੰਡ ਮਾਹੀ, ਸਾਡੀ ਪਿੰਡ ਚ ਟੱਬਰਦਾਰੀ, ਬੱਚੇ ਵੀ ਨੇ, ਬੀਬੀਆਂ ਨੇ, ਪਰਿਵਾਰ ਨੇ, ਕਬੀਲਦਾਰ ਬੰਦੇ ਵਿਚਾਰੇ ਬੜਾ ਸੋਚਦੇ ਪਰਿਵਾਰ ਬਾਰੇ, ਹਰ ਇੱਕ ਨੂੰ ਸੋਚਣਾ ਪੈਂਦਾ ਆਪਣੇ ਬੱਚਿਆਂ ਬਾਰੇ। ਨਹੀਂ ਮਾਰ ਮਾਰਤ ਤੁਮ ਕਹੋ ਅਬ ਥਾਈ, ਕਹਿਣ ਲੱਗੇ ਜੇ ਸਾਡੇ ਬੱਚੇ ਇੱਥੇ ਨਾ ਰਹਿੰਦੇ ਹੁੰਦੇ ਤੇ ਸਾਹਿਬ ਰਾਏ ਨੂੰ ਅਸੀਂ ਦੋਵੇਂ ਝਟਕਾ ਦਿੰਦੇ, ਪਰ ਹੁਣ ਗੱਲ ਇਹ ਹੈ ਬਈ ਪਿੰਡ ਚ ਰਹਿਣਾ ਤੇ ਇਹ ਚੌਧਰੀ ਹੈ, ਦੁਸ਼ਮਣੀ ਪੈ ਜਾਏਗੀ, ਬੱਚਿਆਂ ਦਾ ਪਰਿਵਾਰ ਦਾ ਨੁਕਸਾਨ ਹੋਏਗਾ। ਉਹ ਸਿੰਘ ਵਿਚਾਰੇ ਸੋਚਣ ਲੱਗ ਪਏ। ਸੋ ਗਏ ਸਿੰਘ ਦੁਖਤ ਭੁਸਿਓ ਗਿਰਾਏ, ਸਾਧ ਸਿੰਘ ਜੀ ਉਹਦੇ ਲਾਗੇ ਹੀ ਪਰਾਂ ਇੱਕ ਭੁੱਸਾ ਪਿੰਡ ਹੈ, ਮਾਝੇ ਵਿੱਚ ਪ੍ਰਸਿੱਧ ਹੈ ਭੁੱਸਾ। ਉਹ ਦੋਵੇਂ ਸਿੰਘ ਭੁੱਸੇ ਚਲੇ ਗਏ। ਉਤੋਂ ਬਘੇਲ ਸਿੰਘ ਅਮਰ ਸਿੰਘ ਢਿੱਲੋਂ ਥਾਏ, ਉੱਥੇ ਢਿੱਲੋਂ ਗੋਤ ਦੇ ਦੋ ਸੂਰਮੇ ਰਹਿੰਦੇ ਸੀਗੇ, ਇੱਕ ਦਾ ਨਾਂ ਸੀ ਬਘੇਲ ਸਿੰਘ, ਬਾਬਾ ਬਘੇਲ ਸਿੰਘ, ਦੂਜੇ ਦਾ ਨਾਂ ਸੀ ਬਾਬਾ ਅਮਰ ਸਿੰਘ। ਸਦ ਉਨ ਕੋ ਦਈ ਘੋੜੀ ਕਢਾਏ, ਉਹ ਬੜੇ ਫੁਰਤੀਲੇ ਸਨ, ਘੋੜੀਆਂ ਘਾੜੀਆਂ ਕੱਢਣੀਆਂ ਲਿਜਾਣੀਆਂ ਉਹਨਾਂ ਨੂੰ ਆਉਂਦਾ ਸੀ ਇਹ ਤੰਗ ਤਰੀਕਾ, ਜਿਹਨੂੰ ਕਹਿ ਲੈਂਦੇ ਆ ਵੀ ਚੋਰੀ ਕਰਨੀ। ਕਈ ਵਾਰੀ ਖਾਲਸਾ ਜੀ ਕਈ ਚੀਜ਼ਾਂ ਮਾੜੀਆਂ ਹੁੰਦੀਆਂ ਪਰ ਚੰਗੇ ਲਈ ਵਰਤਣੀਆਂ ਪੈਂਦੀਆਂ, ਚੋਰੀ ਕਰਨੀ ਹੈ ਤਾਂ ਮਾੜੀ, ਮਹਾਰਾਜ ਨੇ ਮਨਾ ਕੀਤੀ। ਬਾਬੇ ਬਿਧੀ ਚੰਦ ਸਾਹਿਬ ਜੀ ਜਦੋਂ ਪਹਿਲੀ ਵਾਰ ਆਏ ਨਾ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਕੋਲ ਆਏ ਸੀਗੇ ਸਿੱਖ ਬਣਨ ਵਾਸਤੇ, ਤੇ ਪੰਚਮ ਪਾਤਸ਼ਾਹ ਕਹਿੰਦੇ ਕਾਕਾ ਕੰਮ ਕੀ ਕਰਦਾ ਹੈ? ਕਹਿੰਦਾ ਮਹਾਰਾਜ ਚੋਰੀ ਕਰੀ ਦੀ ਹੈ। ਤੇ ਮਹਾਰਾਜ ਕਹਿੰਦੇ ਕਾਕਾ ਫਿਰ ਚੋਰ ਨੂੰ ਤਾਂ ਨਹੀਂ ਸਿੱਖ ਬਣਾ ਸਕਦੇ, ਅਸੀਂ ਚੋਰੀ ਛੱਡ ਦੇ ਸਿੱਖ ਬਣਾਵਾਂਗੇ। ਕਹਿੰਦਾ ਮਹਾਰਾਜ ਝੂਠ ਬੋਲਣਾ ਬੜਾ ਮਾੜਾ ਕੰਮ ਹੈ, ਮੈਂ ਕਹਿ ਦਿਆਂ ਵੀ ਚੋਰੀ ਛੱਡ ਦਿਆਂਗਾ ਪਰ ਪਿੱਛੋਂ ਮੇਰੇ ਕੋਲ ਛੱਡੀ ਨਾ ਗਈ ਤੇ ਫਿਰ ਝੂਠਾ ਪਾਵਾਂਗਾ, ਮੈਂ ਨਹੀਂ ਵਾਅਦਾ ਕਰਦਾ ਮਹਾਰਾਜ ਆਦਤ ਪਈ ਹੋਈ ਹੈ। ਕਹਿੰਦੇ ਚੋਰੀ ਚੋਰੀ ਚੋਰ ਚੋਰੀ ਛੱਡ ਦਿੰਦਾ, ਹੇਰਾ ਫਿਰ ਹੀ ਨਹੀਂ ਛੱਡਦਾ, ਆਦਤ 'ਚ ਪੈ ਗਈ। ਅਤੇ ਮਹਾਰਾਜ ਜੀ ਵੀ ਹੁਣ ਮੈਂ ਤੁਹਾਨੂੰ ਕੀ ਕਹਾਂ, ਮੈਂ ਚੋਰੀ ਛੱਡ ਦਿਆਂਗਾ, ਮੇਰੇ ਤੋਂ ਇਹ ਤੁਸੀਂ ਕਿਰਪਾ ਕਰੋ ਕਿ ਛੁਡਾ ਲਓ ਤੇ ਤੁਹਾਡੀ ਮਰਜ਼ੀ, ਮੈਂ ਨਹੀਂ ਕਹਿੰਦਾ। ਅਤੇ ਸਤਿਗੁਰੂ ਕਹਿਣ ਲੱਗੇ ਚੰਗਾ ਫਿਰ ਤੇਰੀ ਲੋੜ ਪਏਗੀ, ਇਹ ਪੰਚਮ ਪਾਤਸ਼ਾਹ ਦੇ ਬਚਨ ਹੋਏ ਗੁਰੂ ਅਰਜਨ ਦੇਵ ਜੀ ਦੇ। ਛੇਵੇਂ ਪਾਤਸ਼ਾਹ ਦੇ ਸਮੇਂ ਘੋੜੇ ਕੱਢ ਕੇ ਲਿਆਣੇ ਪਏ ਨਾ ਕਿਲੇ ਵਿੱਚੋਂ, ਬਿਧੀ ਚਾਂਦੀ ਲਿਆਇਆ ਜੇ ਮਹਾਤੜ ਨੂੰ ਕਹਿੰਦੇ ਕਥਾ ਕਰਨ ਵਾਲੇ ਨੂੰ ਵੀ ਤੂੰ ਜਾ ਕਥਾ ਜਿੰਨੀ ਮਰਜ਼ੀ ਕਰਾ ਲਓ ਪਰ ਆਹ ਕੰਮ ਨਹੀਂ ਹੁੰਦਾ, ਆਖੋ ਸ੍ਰੀ ਵਾਹਿਗੁਰੂ, ਇਹ ਕੋਈ ਸੌਖਾ ਕੰਮ ਨਹੀਂ। ਆਪਣੇ ਆਪਣੇ ਕੰਮ ਦਾ ਸਾਰਾ ਐਕਸਪਰਟ ਹੁੰਦੇ ਆ, ਤੇ ਬਘੇਲ ਸਿੰਘ ਤੇ ਅਮਰ ਸਿੰਘ ਇਹ ਕੰਮ ਕਰ ਸਕਦੇ ਸੀ, ਕਹਿ ਲਓ ਫੁਰਤੀਲੇ ਸੀਗੇ। ਜੇ ਸਾਨੂੰ ਕਹਿੰਦੇ ਵੀ ਆਹ ਕੰਮ, ਅਸੀਂ ਤਾਂ ਆਖਣਾ ਨਾ ਭਾਈ ਮਰ ਜਾਂਗੇ, ਘੋੜੀਆਂ ਕੱਢਣੀਆਂ। ਉਹ ਕਹਿੰਦੇ ਜਾਓ ਸਿੰਘੋ ਤੁਸੀਂ ਆਰਾਮ ਨਾਲ, ਅਸੀਂ ਇਹ ਕੱਲ੍ਹ ਨੂੰ ਵੇਖੋ ਕੀ ਚੰਨ ਚਾੜਦੇ ਹਾਂ। ਰਾਤ ਨੂੰ ਪਏ ਦੋਵੇਂ ਸੂਰਮੇ, ਬਾਬਾ ਬਘੇਲ ਸਿੰਘ, ਅਮਰ ਸਿੰਘ, ਸਾਹਿਬ ਰਾਏ ਦੀਆਂ ਦੋਵੇਂ ਘੋੜੀਆਂ ਤਬੇਲਿਓ ਕੱਢ ਲਈਆਂ। ਹੁਣ ਅੱਗੇ ਦਈ ਕਰਿਆਲੇ ਪਹੁੰਚਾਏ, ਉਹਦਾ ਦੋਵਾਂ ਨੇ ਭੁੱਸੇ ਵਾਲੇ ਅਮਰ ਸਿੰਘ ਤੇ ਢਿੱਲੋਂ ਬਘੇਲ ਸਿੰਘ ਨੇ ਘੋੜੀਆਂ ਕੱਢ ਕੇ ਨੁਸ਼ਹਿਰਿਓ ਕਰਿਆਲੇ ਪਿੰਡ ਪਹੁੰਚਾ ਦਿੱਤੀਆਂ। ਦੋਹਰਾ ਅੱਗੋਂ ਲੈ ਲਖਮੀਰ ਸਿੰਘ ਸੰਧੂ ਜੰਗਲ ਵੇਚੀ ਜਾਏ, ਅੱਗੇ ਲਖਮੀਰ ਸਿੰਘ ਸੰਧੂ ਕਰਿਆਲੇ ਦਾ, ਉਹ ਦੋਵੇਂ ਘੋੜੀਆਂ ਲੈ ਕੇ ਦਰਿਆਉਂ ਟੱਪ ਗਿਆ, ਹਰੀ ਕੇ ਪੱਤਣੋਂ ਪਾ ਬੇੜੀ ਚ ਲੰਘ ਗਿਆ ਰਾਤੋ ਰਾਤ ਸੂਰਮਾ। ਲਖਮੀਰ ਸਿੰਘ ਸੰਧੂ ਨੇ ਜਾ ਕੇ ਦੋਵੇਂ ਘੋੜੀਆਂ ਮਹਾਰਾਜੇ ਪਟਿਆਲੇ ਦੇ ਸਰਦਾਰ ਆਲਾ ਸਿੰਘ ਦੇ ਕੋਲ ਵੇਚ ਦਿੱਤੀਆਂ। ਫਿਰ ਬਾਏ ਤਾਰੇ ਸਿੰਘ ਪਹਿ ਦੇ ਲੰਗਰ ਪੈਸੇ ਪਾਏ, ਘੋੜੀਆਂ ਦੀ ਜਿੰਨੀ ਕੀਮਤ ਮਹਾਰਾਜਾ ਪਟਿਆਲਾ ਨੇ ਦਿੱਤੀ ਬਾਬੇ ਆਲਾ ਸਿੰਘ ਨੇ, ਉਹ ਕੀਮਤ ਜਾ ਕੇ ਤਾਰਾ ਸਿੰਘ ਦੇ ਲੰਗਰ ਚ ਪਾ ਤੀ ਦੋਵਾਂ ਨੇ, ਉਸ ਲਖਮੀਰ ਸਿੰਘ ਨੇ ਵੀ ਤੇ ਅਮਰ ਸਿੰਘ ਤੇ ਬਘੇਲ ਸਿੰਘ, ਇਹ ਤਿੰਨਾਂ ਨੇ ਜਿਹੜੀ ਮਾਇਆ ਆਪ ਨਹੀਂ ਰੱਖੀ, ਘੋੜੀਆਂ ਦਾ ਪੈਸਾ ਨਹੀਂ ਰੱਖਿਆ, ਕਹਿੰਦੇ ਗੁਰੂ ਕੇ ਲੰਗਰ ਚ ਪਾ ਦਿਓ ਸੰਗਤ ਪ੍ਰਸ਼ਾਦਾ ਛਕੇਗੀ। ਸਿੰਘ ਉਦੋਂ ਲਾਲਚੀ ਨਹੀਂ ਸੀ, ਚੋਰੀ ਧਰਮ ਵਾਸਤੇ ਕੀਤੀ ਹੈ, ਸਵਾਰਥ ਵਾਸਤੇ ਨਹੀਂ ਕੀਤੀ, ਭਲੇ ਵਾਸਤੇ ਕੀਤੀ ਹੈ, ਆਪਣੇ ਵਾਸਤੇ ਨਹੀਂ ਕੀਤੀ। ਉਹ ਜਦੋਂ ਦੋਵਾਂ ਘੋੜੀਆਂ ਦੀ ਮਾਇਆ ਜਿਹੜੀ ਸੀ ਤਾਰਾ ਸਿੰਘ ਦੇ ਲੰਗਰ ਚ ਪੈ ਗਈ, ਚਾਉ ਪਈ ਮਗਰ ਸਾਹਿਬ ਰਾਏ ਸੇਲੂ ਦੌੜੇ, ਪਿੱਛੇ ਹੁਣ ਜਿਹੜੇ ਸਾਹਿਬ ਰਾਏ ਕੋਈ ਛੋਟਾ ਬੰਦਾ ਨਹੀਂ ਸੀ, ਤਗੜਾ ਖਾਂਦਾ ਪੀਂਦਾ ਕਈ ਪਿੰਡਾਂ ਦਾ ਮਾਲਕ ਸੀ, ਉਹਨੇ ਆਪਣੇ ਖੋਜੀ ਲਾਤੇ ਵੀ ਘੋੜੀਆਂ ਦੀ ਪੈੜ ਕੱਢੋ, ਘੋੜੀਆਂ ਗਈਆਂ ਕਿੱਥੇ ਨੇ, ਕੌਣ ਲੈ ਗਿਆ, ਕਿਵੇਂ ਗਈਆਂ ਨੇ। ਚੋਰਾਂ ਦਾ ਖੁਰਾ ਲੱਭਣ ਲਈ ਪੁਰਾਣੇ ਜ਼ਮਾਨੇ 'ਚ ਖੋਜੀ ਹੁੰਦੇ ਸੀ, ਅੱਜ ਵੀ ਕਿਤੇ ਕਿਤੇ ਹਨ, ਉਹ ਲੱਭ ਲੈਂਦੇ ਆ, ਪੈੜ ਲੱਭ ਲੈਂਦੇ ਆ, ਬੜੀ ਫੁਰਤੀ ਹੁੰਦੀ ਉਹਨੇ ਦੇਖ ਲੈਂਦੇ ਇਹ ਇੱਧਰ ਗਏ ਆ, ਦੱਸ ਦਿੰਦੇ।
ਉਹਨਾਂ ਸਿਆਣੇ ਖੋਜੀਆਂ ਨੇ ਖੋਜ ਕੱਢ ਲਈ। ਲੈ ਪੁੱਜੇ ਖੋਜ ਸੋ ਭੀ ਇਸ ਤੇ ਸਠੌੜੇ। ਉਹ ਖੋਜ ਤੁਰਦੀ 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 ਕਈ ਪਾਸਿਓ ਘੁੰਮ ਕੇ ਕਿੱਥੇ ਪਹੁੰਚ ਗਈ? ਤਾਰਾ ਸਿੰਘ ਦੇ ਡੇਰੇ। ਵੀ ਗੱਲ ਇੱਥੇ ਆਈ ਹੈ ਸਾਰੀ, ਇੱਥੇ ਪਹੁੰਚੇ ਘਾੜੀ ਸਾਰੀ। ਹਾਂਜੀ, ਉਸ ਖੋਜੀ ਸਿੰਘ ਚੋਰ ਬਣਾਏ। ਉਹਨੇ ਖੋਜੀਆਂ ਨੇ ਭਾਈ ਬਘੇਲ ਸਿੰਘ ਜੀ ਤੇ ਭਾਈ ਅਮਰ ਸਿੰਘ ਨੂੰ ਮੁੱਖ ਚੋਰ ਮੰਨਿਆ ਤੇ ਤੀਜਾ ਮਦਦਗਾਰ ਘਰਿਆਲੇ ਵਾਲਾ ਲਖਮੀਰ ਸਿੰਘ ਮੰਨਿਆ। ਹੁਣ ਸਿੰਘਣ ਲੁਕਣ ਨਾ ਠੌਰ ਲਭਾਏ। ਹੋਰ ਸਿੰਘਾਂ ਦੇ ਲੁਕਣ ਦੀ ਥਾਂ ਕੋਈ ਨਹੀਂ, ਸਿੰਘ ਲੁਕਣਗੇ ਵੀ ਤੇ ਤਾਰਾ ਸਿੰਘ ਕੋਲ ਲੁਕਣਗੇ। ਤੇ ਨੱਠ ਆਏ ਬਹਿ ਤਾਰੇ ਸਿੰਘ ਪਾਸ। ਉਹ ਸਾਰੇ ਤਾਰਾ ਸਿੰਘ ਕੋਲ ਆ ਕੇ ਬਹਿ ਗਏ, ਬਘੇਲ ਸਿੰਘ ਤੇ ਅਮਰ ਸਿੰਘ ਤੇ ਲਖਮੀਰ ਸਿੰਘ। ਵਹਿ ਜੋ ਜੀਵਨ ਰੱਖੇ ਨਾ ਆਸ, ਕਿਉਂਕਿ ਉਹਨਾਂ ਤਿੰਨਾਂ ਸਿੰਘਾਂ ਨੂੰ ਭਰੋਸਾ ਸੀ ਕਿ ਬਾਬਾ ਤਾਰਾ ਸਿੰਘ ਜੀ ਹਰ ਵੇਲੇ ਸ਼ਹੀਦੀ ਪਾਉਣ ਨੂੰ ਤਿਆਰ ਪ੍ਰਤਿਆਰ ਰਹਿੰਦੇ, ਉਹ ਸਾਨੂੰ ਸਾਂਭ ਸਕਣਗੇ, ਸੂਰਮਾਈ ਸੂਰਮਿਆਂ ਨੂੰ ਸਾਂਭਦਾ। ਸੋ ਐਸਾ ਭਰੋਸਾ ਕਰਕੇ ਉਹ ਆ ਗਏ। ਤਹੀ ਆਪ ਸਾਹਿਬ ਰਾਏ ਆਇਆ। ਉੱਥੇ ਪਿੱਛੇ ਪਿੱਛੇ ਸਾਹਿਬ ਰਾਏ ਖੋਜੀ ਦਾ ਆਖੇ ਲੱਗ ਕੇ ਤਾਰਾ ਸਿੰਘ ਦੇ ਡੇਰੇ ਆ ਗਿਆ ਵਾਂ ਪਿੰਡ ਵਿੱਚ। ਆਏ ਤਾਰੇ ਸਿੰਘ ਬੋਲ ਸੁਣਾਇਆ। ਉਹਨੇ ਬਾਬੇ ਤਾਰਾ ਸਿੰਘ ਜੀ ਨੂੰ ਆ ਕੇ ਬੜੇ ਰੋਹਬ ਨਾਲ ਆਖਿਆ, ਹਮਰੇ ਦੇਹੋ ਤੂੰ ਚੋਰ ਫੜਾਏ। ਕਹਿਣ ਲੱਗਾ, ਉਹ ਤਾਰਾ ਸਿੰਘ ਤੂੰ ਇਹ ਕੀ ਕੰਮ ਫੜਿਆ? ਤੂੰ ਆਪਣੇ ਡੇਰੇ ਚ ਚੋਰ ਰੱਖੇ ਨੇ? ਆ ਜਿਹੜੇ ਚੋਰ ਨੇ ਸਾਡੇ ਘੋੜੀਆਂ ਦੇ ਚੋਰ, ਇਹ ਮੈਨੂੰ ਫੜਾ ਦੇ। ਨਹਿ ਦੇਹਾਂ ਲਿਉਂ ਲਾਹੌਰ ਮੰਗਾਏ। ਜੇ ਤੂੰ ਕਿਤੇ ਆ ਜਿਹੜੇ ਚੋਰ ਮੇਰੇ ਹਵਾਲੇ ਨਾ ਕੀਤੇ ਤੇ ਮੈਂ ਲਾਹੌਰ ਜਾਵਾਂਗਾ ਤੇ ਫਿਰ ਤੈਨੂੰ ਪਤਾ ਲੱਗੇਗਾ ਤੇਰੇ ਨਾਲ ਕੀ ਬੀਤੇਗੀ। ਅਬ ਤੂੰ ਰੱਖ ਇਨ ਖੂਬ ਸੰਭਾਲ। ਜੇ ਤੂੰ ਨਹੀਂ ਦੇਣੇ ਚੋਰ ਤੇ ਰੱਖ ਫਿਰ ਇਹਨਾਂ ਨੂੰ, ਵੇਖਾਂ ਕਿਵੇਂ ਰੱਖੇਗਾ। ਮਤ ਕਤ ਲੁਕ ਜਾਵੇ ਤੁਮ ਗਾਲ। ਇਹ ਕਿਤੇ ਤੈਨੂੰ ਮਾਰ ਕੇ ਤੈਨੂੰ ਮਰਵਾ ਕੇ ਆਪ ਲੁਕ ਨਾ ਜਾਣ ਕਿਤੇ ਬਘੇਲ ਸਿੰਘ ਹੋਰੀ, ਤੂੰ ਇਹਨਾਂ ਨੂੰ ਰੱਖੀ ਬੈਠਾ। ਜੇ ਸਰਕਾਰੀ ਫੌਜਾਂ ਆ ਗਈਆਂ ਇਹਨਾਂ ਨੇ ਭੱਜ ਜਾਣਾ ਤੇ ਤਾਰਾ ਸਿੰਘ ਤੂੰ ਫਸ ਜਾਣਾ। ਸਿੰਘ ਕਹੇ ਇਹ ਸਿੰਘ ਨਹਿ ਚੋਰ। ਅੱਗੋ ਤਾਰਾ ਸਿੰਘ ਸੂਰਮਾ ਸੀਗਾ, ਉਹ ਇਹੋ ਜਿਹੀਆਂ ਗਿੱਦੜ ਧਮਕੀਆਂ ਤੋਂ ਕਿੱਥੇ ਡਰਨ ਵਾਲਾ ਸੀ, ਸਵਾ ਸ਼ੇਰ ਹੋ ਕੇ ਬੋਲਿਆ। ਕਹਿਣ ਲੱਗਾ, ਚੋਰ ਇਹ ਨਹੀਂ ਚੌਧਰੀ, ਚੋਰ ਤੇ ਤੂੰ ਹੈ। ਚੋਰ ਤੂੰ ਹੀ ਚਰਾਵਾਂ ਹੈ ਖੇਤੀ ਕਰ ਜੋਰ। ਚੋਰ ਤੇ ਤੂੰ ਹੈ ਜਿਹੜਾ ਗਰੀਬ ਸਿੱਖਾਂ ਦੀਆਂ ਖੇਤੀਆਂ ਉਜਾੜਦਾ ਹੈ, ਉਹਨਾਂ ਦੇ ਬੱਚਿਆਂ ਦੇ ਮੂੰਹ ਚ ਪੈਣ ਵਾਲਾ ਦਾਣਾ ਆਪਣੇ ਘੋੜੀਆਂ ਨੂੰ ਚਰਾ ਦਿੰਦਾ। ਚੋਰ ਤੇ ਤੂੰ ਹੈ, ਇਹ ਤੇ ਗੁਰੂ ਕੇ ਸਿੰਘ ਨੇ, ਬਾਣੀ ਪੜਨ ਵਾਲੇ ਸੂਰਬੀਰ ਯੋਧੇ ਨੇ। ਕਰ ਇਨਸਾਫ ਲੈ ਤੈਨੂੰ ਲੂਟ। ਹਾਂ, ਇਹਨਾਂ ਨੇ ਇਨਸਾਫ ਕੀਤਾ ਜੇ, ਤੂੰ ਬੇਇਨਸਾਫੀ ਕੀਤੀ ਹੈ। ਇਹਨਾਂ ਨੇ ਜੇ ਤੈਨੂੰ ਲੁੱਟਿਆ ਨਾ ਤੇ ਇਹਨਾਂ ਨੇ ਕੋਈ ਮਾੜਾ ਕੰਮ ਨਹੀਂ ਕੀਤਾ। ਹਮਰੀ ਜਿੰਦ ਤੇ ਨਵਾਬ ਕਿਆ ਲੈ ਕੂਟ। ਹਾਂ, ਤੂੰ ਜਵਾਨ ਨਵਾਬ ਨੂੰ ਲਾਇਆ ਤੇ ਭਾਵੇਂ ਨਵਾਬ ਦੇ ਪਿਓ ਨੂੰ ਲਾਇਆ, ਰੱਖੋ ਸ੍ਰੀ ਵਾਹਿਗੁਰੂ, ਭਾਵੇਂ ਜਕਰੀਏ ਨੂੰ ਲਾਇਆ ਤੇ ਜਕਰੀਏ ਦੇ ਪਿਓ ਨੂੰ ਲਾਇਆ, ਸਾਡੀ ਜਾਨ ਅੱਗੇ ਤਲੀ ਤੇ ਸਾਡਾ ਕੀ ਮਾਰੇ, ਮਰਿਆਂ ਦਾ ਕੀ ਮਾਰੇਗਾ ਉਹ, ਅਸੀਂ ਤੇ ਪਹਿਲਾਂ ਹੀ ਮਰਨਾ ਪ੍ਰਵਾਨ ਕੀਤਾ ਹੋਇਆ, ਤੂੰ ਕਿਹੜੀ ਧਮਕੀ ਦਿੰਦਾ ਸਾਨੂੰ। ਦੋਹਰਾ ਜਹ ਤੋ ਹਮਨੇ ਹੀ ਮਿਥੀ ਸਿਰ ਤੁਰਕਣ ਲਾਇਕ ਦੇਹ। ਅਸੀਂ ਜਿਸ ਦਿਨ ਅਮਰ ਛਕਿਆ ਸੀ ਉਸ ਦਿਨ ਇਹ ਹੀ ਪਰਣ ਕੀਤਾ ਸੀ ਵੀ ਤੁਰਕਾਂ ਦੇ ਸਿਰ ਲਾ ਕੇ ਸ਼ਹੀਦੀ ਪਾਵਾਂਗੇ। ਲੋਕ ਭੱਜ ਕੇ ਨਹਿ ਬਚੈ ਹਮ ਮਰੈ ਬਹੁਤਨ ਸੰਗ ਲੇਹ। ਅਸੀਂ ਲੁੱਕ ਭੱਜ ਕੇ ਜੀਣ ਵਾਸਤੇ ਥੋੜਾ ਬਣੇ ਆ, ਅਸੀਂ ਤੇ ਸਾਹਮਣੇ ਛਾਤੀਆਂ ਡਾਈਆਂ ਹੋਈਆਂ ਨੇ, ਜਦੋਂ ਮਰਜ਼ੀ ਆ ਜਾਵੇ ਇੱਕ ਇਹੋ ਜਿਹਾ ਨਿਉਂਦਾ ਪਾਵਾਂਗੇ, ਯਾਦ ਰੱਖੇਗਾ ਜ਼ਕਰੀਆ ਖਾਨ। ਚਾਉ ਪਈ ਵਧਤੀ ਵਧਤ ਗੱਲ ਗਈ ਗੱਲ ਵਧ ਗਈ। ਉਹ ਵੀ ਸਾਹਿਬ ਰਾਏ ਸੀ, ਉਹ ਵੀ ਬੁੜਬੁੜ ਕਰੀ ਜਾਵੇ ਅੱਗੋਂ, ਤੇ ਇਹ ਸਿੰਘ ਕਿਹੜਾ ਘੱਟ ਸੀਗਾ, ਇਹ ਦੋਵੇਂ ਆਪਸ ਚ ਬੋਲਦੇ ਬੋਲਦੇ ਬਹੁਤਾ ਹੀ ਬੋਲ ਗਏ। ਬੁਰੀ ਸਾਇਤ ਪਰ ਸਿੰਘਣ ਆਈ। ਸਮਝੋ ਇਹ ਘੜੀ ਖਾਲਸੇ ਦੀ ਸ਼ਹੀਦੀਆਂ ਦੀ ਆ ਚੁੱਕੀ ਸੀ, ਸਮਾਂ ਆ ਗਿਆ ਸੀ, ਬਹਾਨਾ ਬਣ ਗਿਆ ਸੀ। ਜੱਟ ਜਾ ਪੱਟੀ ਫਰਿਆਦ ਹੈ ਕਰੀ। ਸਾਹਿਬ ਰਾਏ ਨੇ ਜਾ ਕੇ ਪੱਟੀ ਦੇ ਨਵਾਬ ਕੋਲ ਫਰਿਆਦ ਕੀਤੀ, ਨੇੜੇ ਪੱਟੀ ਸਥਾਣਾ ਪੈਂਦਾ ਸੀ ਉਦੋਂ, ਪਰਗਣਾ ਪੱਟੀ ਸੀ ਉੱਥੇ। ਤੁਮ ਇਹਾਂ ਬੈਠੇ ਸੁਖ ਸੋ ਘਰੀ। ਕਹਿਣ ਲੱਗੇ, ਤੁਸੀਂ ਇੱਥੇ ਆਰਾਮ ਨਾਲ ਸੁਖ ਨਾਲ ਬੈਠੇ ਹੋ। ਹਮ ਤੋ ਲੀਨੇ ਸਿੰਘਣ ਉਗਰਾਹੇ। ਸਾਨੂੰ ਤੇ ਸਿੰਘ ਲੁੱਟੀ ਜਾਂਦੇ, ਨਾਲੇ ਮਾਮਲਾ ਤੁਹਾਨੂੰ ਦਈਏ ਨਾਲੇ ਸਿੰਘਾਂ ਨੂੰ ਦਈਏ, ਇੱਕ ਪਾਸੇ ਤੁਹਾਡਾ ਰਾਜ ਹੈ ਇੱਕ ਪਾਸੇ ਤਾਰਾ ਸਿੰਘ ਰਾਜ ਕਰੀ ਜਾਂਦਾ। ਹਮ ਤੋ ਟਕੇ ਇੱਕ ਹੀ ਦੇ ਥਾਹੇ। ਸਾਹਿਬ ਰਾਏ ਕਹਿਣ ਲੱਗਾ, ਅਸੀਂ ਤੇ ਇੱਕ ਥਾਂ ਤੇ ਟੈਕਸ ਦੇਣਾ, ਜਾਂ ਤੁਹਾਨੂੰ ਦਿਆਂਗੇ ਜਾਂ ਸਿੰਘਾਂ ਨੂੰ ਦਿਆਂਗੇ। ਸੁਣ ਹਾਕਮ ਤਿਸ ਲੱਗ ਗਈ ਆਗ। ਹਾਕਮ ਨੂੰ ਇਹ ਸੁਣ ਕੇ ਬੜੀ ਅੱਗ ਲੱਗੀ, ਹੈ
ਕੌਣ ਹੈ ਸਾਡੇ ਹੁੰਦਿਆਂ ਮਾਮਲਾ ਲੈਣ ਵਾਲਾ? ਅਸੀਂ ਮਾਲਕਾਂ ਮੁਲਕਾਂ ਦੇ। ਸੁੱਤੋ ਸ਼ੇਰ ਜਨ ਉਨਿਓ ਜਾਗ, ਜਿਵੇਂ ਸੁੱਤਾ ਸ਼ੇਰ ਜਾਗ ਪੈਂਦਾ, ਕਹਿੰਦੇ ਏਦਾਂ ਜਾਗ ਪਿਆ ਹਾਕਮ। ਤਾਂ ਪੁੱਛਿਓ ਹਾਕਮ ਸਿੰਘ ਹੈ ਕਿਤ ਥਾਏ, ਤੇ ਹਾਕਮ ਨੇ ਪੁੱਛਿਆ ਸਾਹਿਬ ਰਾਏ ਉਹ ਸਿੰਘ ਹੈਨ ਕਿੱਥੇ ਜਿਨ੍ਹਾਂ ਨੇ ਤੇਰੀਆਂ ਘੋੜੀਆਂ ਕੱਢੀਆਂ ਨੇ। ਕਹੇ ਜੱਟ ਜਹਿ ਬੁਟਰਨ ਬਾਏ, ਕਹਿਣ ਲੱਗਾ ਉਹ ਸਾਹਿਬ ਰਾਏ, ਜੱਟ ਕਹਿਣ ਲੱਗਾ ਉਹ ਬੁੱਟਰ ਗੋਤ ਦਾ ਜਿਹੜਾ ਬੁੱਟਰਾਂ ਦੀ ਵਾਏ ਹੈ। ਪਿੰਡ ਵਿੱਚ ਹੋਰ ਵੀ ਜਾਤਾਂ ਸਨ ਪਰ ਬੁੱਟਰਾਂ ਦੇ ਘਰ ਜ਼ਿਆਦਾ ਹੋਣ ਕਰਕੇ ਬੁੱਟਰਾਂ ਦੀ ਵਾਂ ਕਹਿੰਦੇ ਸੀ। ਡੱਲ ਵਾਂ ਇਹ ਦੋ ਪਿੰਡ ਨੇ ਨੇੜੇ ਨੇੜੇ। ਸੋ ਵਾਂ ਪਿੰਡ ਵਿੱਚ ਤਾਰਾ ਸਿੰਘ ਬੁੱਟਰ ਰਹਿੰਦਾ ਹੈ। ਤਹਿ ਬਹਿਓ ਤਾਰਾ ਸਿੰਘ ਬੁੰਗੋ ਚਿਨਾਈ, ਬੁੰਗਾ ਚਿਣਾ ਕੇ ਬੜਾ ਉੱਚਾ ਤੇ ਉੱਥੇ ਨਿਸ਼ਾਨ ਲਾ ਕੇ ਬੈਠਾ ਹੋਇਆ। ਦਇਓ ਰੌਲ ਉਨ ਗਿਰਦੇ ਪਾਈ, ਉਹਨੇ ਸਾਰੇ ਇਲਾਕੇ ਚ ਧੂਮ ਮਚਾਈ ਹੋਈ ਹੈ। ਤਾਂ ਹਾਕਮ ਉਸ ਪੁੱਛੀ ਸਲਾਹੇ, ਹਾਕਮ ਨੇ ਉਹਨੂੰ ਫਿਰ ਪੁੱਛਿਆ ਕਿਤਕ ਜਮਈਅਤ ਹੈ ਤੇ ਪਾਹੇ, ਇਹ ਦੱਸ ਵੀ ਸਹਿ ਤਾਰਾ ਸਿੰਘ ਦੇ ਕੋਲ ਸਿੰਘ ਕਿੰਨੇ ਕ ਨੇ, ਫੌਜ ਕਿੰਨੀ ਕ ਹੈ। ਜੱਟ ਕਹੀ ਉਸ ਪੈ ਗੜ ਨਾਹੀ, ਅਗੋਂ ਜੱਟ ਕਹਿਣ ਲੱਗਾ ਸਾਹਿਬ ਰਾਏ, ਕਹਿੰਦਾ ਤਾਰਾ ਸਿੰਘ ਦੇ ਕੋਲ ਕੋਈ ਬਹੁਤੀ ਫੌਜ ਨਹੀਂ ਤੇ ਕਿਲਾ ਵੀ ਕੋਈ ਨੀ, ਕੋਈ ਦੋ ਇੱਕ ਚੁਬਾਰੇ ਹੈ ਉਨ ਪਾਹੀ, ਇੱਕ ਦੋ ਚੁਬਾਰੇ ਨੇ ਛੋਟੇ ਛੋਟੇ ਜਿਨ੍ਹਾਂ ਚ 10-20 ਬੰਦੇ ਰਹਿੰਦੇ ਨੇ। 10-20 ਸਿੰਘ ਤਾਂ ਸਦ ਹੀ ਰਹੇ, 10-20 ਸਿੰਘ ਰਹਿੰਦੇ ਨੇ ਉਹਦੇ ਕੋਲ, 10-5 ਔਰ ਵੀ ਆਵਹਿ ਜਹੈ, 10-5 ਹੋਰ ਆਣ ਜਾਣ ਵਾਲੇ ਨੇ, ਵੱਧ ਤੋਂ ਵੱਧ 30 ਕੁ ਬੰਦੇ ਰਹਿੰਦੇ ਨੇ। ਕਿਸ ਨੇ ਜੋ ਕਿਸ ਪਹਿ ਤਲਵਾਰ, ਤੇ ਉਹਨਾਂ ਕੋਲ ਕਿਸੇ ਕੋਲ ਬਰਛਾ ਤੇ ਕਿਸੇ ਕੋਲ ਗਾਤਰੇ ਤਲਵਾਰ ਹੁੰਦੀ ਹੈ। ਕਈ ਰਹੇ ਤਹਿ ਬਿਨ ਹਥਿਆਰ, ਕਈ ਬਿਨਾਂ ਹਥਿਆਰ ਦੇ ਹੀ ਰਹਿੰਦੇ, ਲੰਗਰ ਪਕਾਉਣ ਵਾਲੇ ਦੇਗੀਏ ਸਿੰਘ ਲੰਗਰ ਪ੍ਰਸ਼ਾਦ ਬਣਾਉਂਦੇ, ਉਹ ਤਾਂ ਸਾਧੂ ਜੇ ਵਿਚਾਰੇ, ਉਹਨਾਂ ਤਾਂ ਉੱਧੀ ਦੌੜ ਜਾਣਾ। ਜਿਹੜੇ ਬਰਛਿਆਂ ਵਾਲੇ ਬੰਦੂਕਾਂ ਵਾਲੇ ਹਨ ਉਹ 20-30 ਹਨ, ਉਹ ਜਿਹੜੇ ਨੇ ਉਹ ਭਾਵੇਂ ਲੜ ਲੈਣ, ਹਥਿਆਰ ਉਹਨਾਂ ਕੋਲ ਚੰਗੇ ਕੋਈ ਨਹੀਂ। ਸੁਣ ਹਾਕਮ ਚੜਿਓ ਪੱਟੀਓ ਧਾਏ, ਉਸ ਵੇਲੇ ਹਾਕਮ ਪੱਟੀਓ ਤੁਰ ਪਿਆ, ਉਸੇ ਵੇਲੇ ਫੌਜ ਲੈ ਕੇ ਮੋਹਰੇ ਤੋਰਿਓ ਕਰ ਸਾਹਿਬ ਰਾਏ, ਉਹਨੇ ਸਾਹਿਬ ਰਾਏ ਨੂੰ ਅੱਗੇ ਲਾ ਲਿਆ ਵੀ ਤੂੰ ਚੱਲ ਦੱਸ ਕਿੱਥੇ ਆ ਡੇਰਾ ਤਾਰਾ ਸਿੰਘ ਦਾ। 80 ਪਿਆਦੇ 25 ਅਸਵਾਰ, 80 ਪੈਦਲ ਤੇ 25 ਘੋੜ ਸਵਾਰ, 105 ਬੰਦਿਆਂ ਦੀ ਫੌਜ ਲੈ ਕੇ ਪੱਟੀਓ ਚੜਿਆ। ਤੁਰੇ ਤੁਰੋ ਕਰਤ ਮਾਰੋ ਮਾਰ, ਜਾਫਰ ਬੇਗ ਪੱਟੀ ਦਾ ਜਿਹੜਾ ਸੂਬੇਦਾਰ ਸੀਗਾ ਉਥੋਂ ਲੈ ਕੇ 105 ਬੰਦਿਆਂ ਦੀ ਫੌਜ ਮਾਰੋ ਮਾਰ ਕਰਦਾ ਵਾਂ ਪਿੰਡ ਨੂੰ ਆ ਰਿਹਾ। ਦੋਹਰਾ ਫੁਰਤੀ ਤੇ ਵਹਿ ਆਯੋ, ਮਤ ਸਿੰਘ ਸੁਣ ਨੱਠ ਜਾਏ, ਉਹ ਰਾਤ ਨੂੰ ਚੜਿਆ ਬਈ ਫੁਰਤੀ ਨਾਲ ਆਇਆ ਵੀ ਕਦੇ ਸਿੰਘਾਂ ਨੂੰ ਪਤਾ ਨਾ ਲੱਗ ਜੇ ਤੇ ਸਿੰਘ ਦੌੜ ਨਾ ਜਾਣ ਕਿਤੇ। ਲਈਅਗ ਘੇਰ ਸਵੇਰ ਤਾਉ ਦਈਅਗ ਲਾਹੌਰ ਪਹੁੰਚਾਏ, ਸਵੇਰ ਤੱਕ ਜਾਂਦੇ ਸੁੱਤੇ ਪੇ ਬੰਨ ਲਈਏ ਤੇ ਬੰਨ ਕੇ ਇਹਨਾਂ ਨੂੰ ਲਾਹੌਰ ਪਹੁੰਚਾ ਦਈਏ ਤੇ ਨਵਾਬ ਜਖਰੀਏ ਤੋਂ ਇਨਾਮ ਲਈਏ। ਚਾਉ ਪਈ ਇਬ ਬਘੇਲ ਸਿੰਘ ਬਾਣੀ ਭੋਗ ਪਾਇਓ, ਇੱਧਰ ਬਾਬਾ ਬਘੇਲ ਸਿੰਘ ਜੀ ਅੰਮ੍ਰਿਤ ਵੇਲੇ ਬਾਣੀ ਦਾ ਪਾਠ ਨਿਤਨੇਮ ਕਰਕੇ ਬਾਣੀ ਦਾ ਭੋਗ ਪਾ ਕੇ, ਕਰ ਅਰਦਾਸ ਸਿੰਘ ਜੰਗਲ ਧਾਇਓ, ਅਰਦਾਸਾ ਕਰਕੇ ਗੜਵਾ ਲੈ ਕੇ ਜੰਗਲ ਪਾਣੀ ਨੂੰ ਤੁਰ ਪਿਆ ਸਿੰਘ ਅੰਮ੍ਰਿਤ ਵੇਲੇ। ਆਵਤ ਫੌਜ ਤੁਰਕ ਨਦਰ ਉਸ ਆਈ, ਕੋਈ ਅੱਧਾ ਕਿਲੋਮੀਟਰ ਡੇਰਿਓ ਬਾਹਰ ਆਇਆ ਸੀ ਕਿ ਭਾਈ ਬਾਬਾ ਬਘੇਲ ਸਿੰਘ ਨੂੰ ਨਜ਼ਰ ਆਇਆ ਬਈ ਤੁਰਕਾਂ ਦੀ ਫੌਜ ਆ ਗਈ। ਇਹ ਉਹੀ ਬਘੇਲ ਸਿੰਘ ਹੈ ਜਿਹੜਾ ਘੋੜੀਆਂ ਕੱਢ ਕੇ ਲਏ ਆ। ਸੋ ਇਹ ਇਕੱਲਾ ਹੀ ਸਿੰਘ ਜੰਗਲ ਪਾਣੀ ਨੂੰ ਜਦੋਂ ਸਵੇਰੇ ਸਵੇਰੇ ਗਿਆ, ਥੀ ਤੁਰਕਣ ਸਿਰ ਸਿੰਘਣ ਅਵਾਈ, ਉਸ ਵੇਲੇ ਖਾਲਸਾ ਜੀ ਪਤਾ ਤੇ ਹੈ ਹੀ ਸੀ ਵੀ ਹੁਣ ਇਹਨਾਂ ਨੇ ਆਉਣਾ ਹੀ ਹੈ, ਤਿਆਰੀਆਂ ਤਾਂ ਮਾੜੀਆਂ ਮੋਟੀਆਂ ਸਿੰਘ ਕਰੀ ਬੈਠੇ ਸਨ। ਹੱਥ ਨੇਜੋ ਉਸ ਗਾਤਰੈ ਤਲਵਾਰ, ਤੇ ਸਿੰਘਾਂ ਦੀ ਮਰਜ਼ਾਦਾ ਹੈ ਅੱਜ ਕੱਲ ਤੇ ਮੈਂ ਦੇਖਿਆ ਜੇ ਲੈਟਰਿਨ ਬਾਥਰੂਮ ਜਾਣਾ ਹੋਵੇ ਨਾ ਕਈ ਸਿਰ ਤੇ ਕਿਰਪਾਨ ਬੰਨਣਗੇ, ਕਈ ਬੜੇ ਔੜ ਪੌੜ ਕਰਨਗੇ, ਚਲੋ ਠੀਕ ਹੈ। ਪਰ ਪੁਰਾਤਨ ਸਿੰਘ ਜਾਂਦੇ ਸੀ ਨਾ ਜੰਗਲ, ਗਾਤਰੇ ਤਲਵਾਰ ਬਰਛਾ ਸਾਰਾ ਨਾਲ ਲੈ ਕੇ ਜਾਂਦੇ ਸੀ, ਇਹ ਥੋੜਾ ਵੀ ਘਰ ਸ਼ਸਤਰ ਚੁੱਕਣ ਆਵਾਂਗੇ ਉਸ ਵੇਲੇ। ਸੋ ਗਾਤਰੇ ਤਲਵਾਰ ਢਾਲ ਬਰਛਾ ਗੜਵਾ ਕੋਲ ਸੀਗਾ ਉਹਦੇ, ਗੜਵੋ ਜਲ ਦੂਏ ਹੱਥ ਸੌ ਚਵਾਰ, ਸਭ ਲੋਹੇ ਦਾ ਗੜਵਾ ਹੱਥ ਵਿਚ ਸੀ ਖੱਬੇ ਤੇ ਸੱਜੇ ਚ ਬਰਛਾ ਸੀ। ਵੇਖ ਸਿੰਘ ਚਿਤ ਮਤਾ ਮਤਾਇਆ, ਸਾਹਮਣੇ ਤੁਰਕਾਂ ਦੀ ਫੌਜ ਘੋੜਿਆਂ ਦੀ ਟਾਪ ਸੁਣੀ, ਬਘੇਲ ਸਿੰਘ ਨੇ ਸੋਚਿਆ ਅਬ ਖਬਰ ਕਰਨ ਜਾਓ ਜੇ ਪਿਛਲੇ ਦਾਇਆ, ਕਹਿੰਦੇ ਜੇ ਮੈਂ ਹੁਣ ਪਿਛਲੇ ਸਿੰਘਾਂ ਨੂੰ ਜਾ ਕੇ ਖਬਰ ਕਰਾਂ ਵੀ ਸਿੰਘੋ ਤੁਰਕਾਂ ਦੀ ਫੌਜ ਆ ਗਈ ਹੈ, ਉੱਠੋ ਜਾਗ ਤਿਆਰ ਪਰ ਤਿਆਰ ਹੋਵੋ, ਜੇ ਮੈਂ ਪਿਛਲਿਆਂ ਨੂੰ ਖਬਰ ਕਰਨ ਗਿਆ, ਸਿੰਘ ਕਹਾਂਗੇ ਡਰ ਮੁੜ ਆਇਆ, ਤੇ ਸਿੰਘ ਕਹਿਣਗੇ ਵੀ ਬਘੇਲ ਸਿੰਘ ਡਰ ਕੇ ਆ ਗਿਆ।
मुड़ के आ गया डर के तुरकां तों इन ने ही थो दंगो उठाया फिर वह कहणगे छेड़ भी इन्हें छेड़ी सी ते आप भज के आ गया उनको खबर आपे होए आऊगो भगेल सिंह सोचदा उन्होंने आपे पता लग जाना जदों इत्थे ठा ठा करांगे मार कूट जब जंग की पाऊ जदों मार कूट करांगे जंग मचावांगे पिछले आपे जाग पैणगे उन दयो ललकारो तुरकन बुलाए अगो बाबा भगेल सिंह ने फिर आंदी हुई तुरकां दी फौज नू ललकारा मारिया तुम तुरयो अगे हम बात सुनाए ओ कहण लगे किधर जांदे जवाई ता खड़ा तुहाडा सत श्री अकाल दा जकारा गजा के ललकार दिता फौजा नू साहिब राय लयो पछाण साहिब राय ने आवाज पछाण लई कहियो हाकम है मत ए पाए जान कहन लगा खान साहब लड़ाई दी जड़ ते आ फिरदी है जह है सिंगन मैं बड़ी ब्याद ए सिंगा च वड्डी ब्याद है ए सारिया तो वड्डा लड़ाका जोधा है इस एक मारे हुए जह आद इनू मारिया अद्धा काम हो जाना कले नू मार लो अद्धे मार के समझो सिख यही चोर है घोड़ियां वारो ए भगेल सिंह है जेड़ा मेरिया घोड़िया कड के लै गए ओदी आवाज है ओही गरजदा पिया है सिंगा मद बड़ो खुवारो ए सिंगा विच सब तो भयंकर जोधा है दोहरा तो हाकम हल्ला कियो मत सिंह पावे जान ते हाकम ने हल्ला बोलता कहंदा फड़ लो इनू भगेल सिंह किते दौड़ ना जाए सिंह भी अग्यों कुद पयो तह ही मच गयो कान उथे सिंह ने भी अपना नेजा तिखा कर लिया कान दा कमसान दा युद्ध मच गया जाओ पई ओए तीर बंदूक तक उसे चलाहे ओ कले भगेल सिंह नू सैकड़े बंदे घेर के तीरां गोलियां नाल मारन लगे वह रल गयो उन्ही माहे पर ओ शेर दी तरह छाल मार के उना दे विच जा वड़िया उनके शस्त्र उन लग पाहे ते उना दे शस्त्र उना नू ही लगन लग पए रात हनेरी समझ ना आहे रात हनेरी सी समझ ही नहीं आउंदी किधर गोली चलाईए ते किधर वार करिए किसै नेजा किस मारे तलवार किसे नू जा मारदा किसे नू तलवार ते झटकी जांदा दुश्मना नू उपर घोड़ियां सिंह तुरत दए डार आ घोड़ियां तो सुट के थले मारदा पलट के एक होतो भतीजो उस फौजदार जाफर बेग दा एक भतीजा सी फौजदार दा भतीजा सी रौला गौला मैं वह भयो मार ओ भी भाई भगेल सिंह दे बरछे दा शिकार हो गया मारिया गया सक्का भतीजा मार दिता पट्टी दे नवाब दा क्या जानो किस तै लग गई पता नहीं किहदे तों बजी खेड तलवार चल गई नाए भगेल सिंह फतेह सो आई पर फतेह भगेल सिंह नू ही आई ओ ते गुरु साहब आप ही कृपा करे कले ने कई फड़का दिते लाओ लाओ आन प्यादे पए जदों भाई भगेल सिंह नू चारे पासों प्यादियां ने घेर लिया मार गोली सिंह पट भन दए उन्होंने गोलियां मार के पट पट भन्ने पहला दौड़े ना सिंह चली बंदूक सिंघन सुन पाई जदों गोलियां दी आवाज डेरे वाले सिंघां नू पहुंची तारा सिंह नू पता लगा निकल सिंघन दई भजाए लड़ाई ओ भी दौड़ के बंदूकां तलवारां लै के उधर नू दौड़े जिधर तुरकां दी फौज आई लड़ रही सी भगेल सिंह नाल तुरक चालू कर दए हटाए सिंघां ने जांदे तुरकां नू चालू कर दिता ते भाजड़ पाती ते जाफर बेग पट्टी दा जुत्तियां छड़ के भज गया मुए मुए दुयो भाई पर दुयो भराए दो दे भतीजे ते दो दे भरा मारे गए ते आप भी जख्मी होके मुड़िया दोहरा होए चालू फौजदार मुड़ उतरियो कंबू की जाए उथों दौड़ के ना ओ अपने सौक सिपाहियां जो अधे पजदे मरवा के आप दो भतीजे ते दो भरा मरवा के कंबो की माड़ी जो सुखा सिंह दा पिंड है कंबो की पिंड जा ठहरिया उन डेर लाहौरे रुख कियो फिर याद नबाह पाहे अपने भतीजियां दियां लोथां चुक के लाहौर नू ही तुर गया पट्टी नहीं गया कहिंदा वड्डे खान नू रोइए पिटिए जाके भी साडा तां टब्बर ही मार छड्डिया जे सो खालसा जी हुण लाहौर तों फौजां आउणियां ने ओह जंग कल नू आपां सुणांगे भाई तारा सिंह जी दा सो कुछ मिनट ज्यादा हो गए 5-7 माफी चाहने आ समय दे लिहाज नाल समाप्ति है हे गोबिंद हे गोपाल हे दयाल प्राण नाथ अनाथ सखे दीन दर्द हे समर्थ अगम पूरन मोहे माया तार अंध कूप महा भयान नानक पार आए प्रभ शरणागति कृपा निध दयाल एक अखर हर मन बस्त नानक वाहेगुरु नाम जहाज है चढ़े सो तरे पार जो श्रद्धा कर सेवंदे।